Alberta Weekly sponsored by Lexus South Point and Wild Rose Garments and Silk Screening, Edmonton. Alberta Weekly ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਸਾਡੇ ਨਾਲ ਸ਼ਾਮਿਲ ਨੇ ਸਿੱਖ ਚਿੰਤਕ, ਸਿੱਖ ਵਿਦਵਾਨ, ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਤੁਸੀਂ ਕੈਨੇਡਾ ਦੀ ਧਰਤੀ 'ਤੇ ਆਏ ਹੋ, ਕਿੱਦਾਂ ਸਬੱਬ ਬਣਿਆ, ਤੁਸੀਂ ਕਦੋਂ ਆਏ ਅਤੇ ਕਿੰਨਾ ਕੁ ਟਾਈਮ ਹੋਰ ਰਹਿਣਾਗੇ? ਦੇਖੋ, ਕੈਨੇਡਾ ਮੈਨੂੰ, ਮੈਂ ਟੋਰਾਂਟੋ ਵੀ ਆਇਆ, ਸਰੀ ਵੀ ਆਇਆ, ਫਿਰ ਕੈਲਗਰੀ, ਫਿਰ ਹੁਣ ਇੱਥੇ ਐਡਮਿੰਟਨ। ਹੁਣ ਮੈਂ ਇੱਥੋਂ ਫਿਰ ਕੈਲਗਰੀ ਹੋ ਕੇ ਵਾਪਸ ਫਿਰ ਮੈਂ ਅਮਰੀਕਾ ਵੱਲ ਨੂੰ ਚਲੇ ਜਾਣਾ। ਸੋ ਕੁੱਲ ਮਿਲਾ ਕੇ ਮੈਂ ਇੱਕ ਮਹੀਨਾ ਤਕਰੀਬਨ ਇੱਥੇ ਗੁਜ਼ਾਰਿਆ ਕੈਨੇਡਾ ਦੀ ਧਰਤੀ 'ਤੇ। ਅਤੇ ਬੜੀ ਮੈਂ ਤਬਦੀਲੀ ਮਹਿਸੂਸ ਕੀਤੀ, ਕਿਉਂਕਿ ਮੈਂ ਪਹਿਲਾਂ ਵੀ ਆਉਂਦਾ ਰਿਹਾ, ਹੁਣ ਮੈਂ 7 ਸਾਲਾਂ ਬਾਅਦ ਆਇਆ ਇੱਥੇ। ਅਤੇ ਇਹਨਾਂ 7 ਸਾਲਾਂ 'ਚ ਬੜੀ ਕੁਛ ਗੱਲਾਂ ਉਤਸ਼ਾਹਜਨਕ ਦੇਖੀਆਂ। ਕੌਮ ਦੇ ਵਿੱਚ ਚੇਤਨਤਾ ਬਹੁਤ ਆਈ ਹੈ, ਜਾਗਰੂਕਤਾ ਆਈ ਹੈ, ਅਤੇ ਜਥੇਬੰਦ ਹੋਣ ਦੀ ਲੋੜ ਵੀ ਮਹਿਸੂਸ ਹੋਈ ਹੈ। ਸੋ ਸਾਰਾ ਮਾਹੌਲ ਬੜਾ ਬਦਲਿਆ ਹੋਇਆ ਦਿਸ ਰਿਹਾ ਜੀ। ਆਜ਼ਾਦੀ ਦੀ ਤਾਂ ਕੌਮ ਦੇ ਮਨਾਂ 'ਚ ਸਿੱਖਾਂ ਦੇ ਉਹ ਇੱਕ ਹੁਣ ਤਕੜੀ ਧਾਰਾ ਬਣ ਚੁੱਕੀ ਹੈ, ਜਿਹਨੂੰ ਹੁਣ ਰੋਕਣਾ ਬਹੁਤ ਮੁਸ਼ਕਲ ਹੈ। ਅਤੇ ਬਾਪੂ ਜੀ, ਤੁਹਾਡੀ ਇੱਕ ਨਵੀਂ ਜਿਹੜੀ ਕਿਤਾਬ ਆਈ ਹੈ ਖਾੜਕੂ ਲਹਿਰਾਂ ਦੇ ਅੰਗ ਸੰਘ, ਉਸ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸੋਗੇ? ਹਾਂਜੀ, ਖਾੜਕੂ ਲਹਿਰਾਂ ਦੇ ਅੰਗ ਸੰਘ ਹੈ ਤਾਂ ਇਹ ਮੇਰੀ ਪੋਲੀਟੀਕਲ ਆਟੋਬਾਇਓਗ੍ਰਾਫੀ ਕਹਿ ਸਕਦੇ ਹੋ, ਕਿਉਂਕਿ ਮੈਂ ਤਕਰੀਬਨ ਇਹ ਕਹਿ ਲਓ ਕਿ 1967-68 ਤੋਂ ਲੈ ਕੇ ਅਤੇ ਹੁਣ ਤੱਕ ਉਹ ਸਾਰੀਆਂ ਲਹਿਰਾਂ ਦੇ ਵਿੱਚ ਵਿਚ ਰਿਹਾ ਖੁਦ। ਉਹ ਮੇਰੇ ਜੋ ਅਨੁਭਵ ਸੀ, ਜੋ ਮੈਂ ਤਜਰਬੇ ਹੰਢਾਏ, ਜੋ ਮੈਂ ਦੇਖਿਆ, ਜੋ ਹੰਢਾਇਆ, ਤਾਂ ਮੈਨੂੰ ਬਹੁਤ ਬੰਦੇ ਕਹਿ ਰਹੇ ਸੀ ਵੀ ਇਹਨੂੰ ਕਲਮਬੰਦ ਕਰੋ ਤਾਂ ਕਿ ਆਉਣ ਵਾਲੀਆਂ ਜਿਹੜੇ ਨਵੇਂ ਲੋਕ ਹੈ ਉਹ ਇੱਕ ਤਾਂ ਉਸ ਇਤਿਹਾਸ ਤੋਂ ਜਾਣੂ ਹੋ ਸਕਣ, ਇੱਕ ਤੁਹਾਡੇ ਤਜਰਬੇ ਤੋਂ ਕੁਛ ਸਿੱਖ ਵੀ ਸਕਣ। ਅਤੇ ਇਹ ਸੋਚ ਕੇ ਮੈਂ ਇਹ ਕੰਮ, ਮਤਲਬ ਇਹਨੂੰ ਲਿਖਣਾ ਸ਼ੁਰੂ ਕੀਤਾ ਸੀ। ਵਿੱਚ ਦੀ ਸਿਹਤ ਖਰਾਬ ਹੁੰਦੀ ਰਹੀ ਅਤੇ ਜਿਹਦੇ ਕਰਕੇ ਕਾਫੀ ਟਾਈਮ ਲੱਗ ਗਿਆ, ਪਰ ਅਲਟੀਮੇਟਲੀ ਕਿਤਾਬ ਮੁਕੰਮਲ ਹੋ ਗਈ ਅਤੇ ਮੈਨੂੰ ਆਪ ਨੂੰ ਬੜੀ ਤਸੱਲੀ ਮਹਿਸੂਸ ਹੋਈ, ਸੈਟਿਸਫੈਕਸ਼ਨ। ਅਤੇ ਬਾਕੀ ਜੋ ਸੰਗਤਾਂ ਦਾ ਹੁੰਗਾਰਾ ਹੈ ਉਹ ਤਾਂ ਮੇਰੀ ਉਮੀਦ ਨਾਲੋਂ ਕਿਤੇ ਵੱਧ ਹੈ ਬਹੁਤ, ਕਿਉਂਕਿ ਯੂਟਿਊਬ 'ਤੇ ਜਾਣ ਕਰਕੇ ਵਾਕਫੀ ਦਾ ਘੇਰਾ ਲੋਕ ਜਾਣਨ ਲੱਗ ਗਏ, ਸੁਣਨ ਲੱਗ ਗਏ, ਅਤੇ ਉਹਦੇ 'ਚ ਫਿਰ ਉਹਨਾਂ ਨੂੰ ਪੜ੍ਹਨ ਦੀ ਵੀ ਤਾਂਘ ਪੈਦਾ ਹੋਈ ਹੈ। ਸੋ ਇਹ ਬੜਾ ਮੇਰੇ ਵਾਸਤੇ ਇੱਕ ਹੌਂਸਲਾ ਵਧਾਉਣ ਵਾਲੀ ਗੱਲ ਹੋਈ। ਪੂਰੀ ਸ਼ਰਧਾ ਸਤਿਕਾਰ ਨਾਲ ਇਹਨਾਂ ਨੂੰ ਆਪਾਂ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਜਕਾਰਾ ਗਜਾਉਣਾ, ਪੂਰਾ ਇਹਨਾਂ ਨੂੰ ਲੱਗੇ ਵੀ ਮੈਂ ਐਡਮਿੰਟਨ 'ਚ ਆਇਆ ਅਤੇ ਮੈਨੂੰ ਐਡਮਿੰਟਨ ਦੀਆਂ ਸੰਗਤਾਂ ਪਿਆਰ ਬਖਸ਼ ਰਹੀਆਂ ਨੇ। ਬੋਲੇ ਜਕਾਰਿਆਂ ਦੀ ਗੂੰਜ, ਸਰਦਾਰ ਅਜਮੇਰ ਸਿੰਘ ਸਿੱਖੀ ਦੀ ਰੂਹ ਅਤੇ ਸਿੱਖਾਂ ਨੂੰ ਪਰਨਾਇਆ ਹੋਇਆ, ਸਿੱਖੀ ਨੂੰ ਪਰਨਾਇਆ ਹੋਇਆ ਜਿਹੜਾ ਇੱਕ ਚਲਦੀ ਫਿਰਦੀ ਯੂਨੀਵਰਸਿਟੀ ਹੈ ਉਹ ਸੰਗਤਾਂ ਦੇ ਸਨਮੁੱਖ ਹੋਣ ਲੱਗੀ ਹੈ। ਆਪਾਂ ਬਹੁਤ ਟਕਿਆਈ ਨਾਲ, ਬਹੁਤ ਧੀਰਜ ਨਾਲ, ਸ਼ਾਂਤੀ ਨਾਲ ਸਾਰੀ ਜਿਹੜੀ ਵਾਰਤਾਲਾਪ ਸੁਣਨੀ ਹੈ, ਆਪਸ 'ਚ ਕੋਈ ਗੱਲ ਨਹੀਂ ਕਰਨੀ, ਬੜੇ ਅਦਬ ਅਤੇ ਸਤਿਕਾਰ ਨਾਲ ਆਪਾਂ ਸਾਰਿਆਂ ਨੇ ਫੋਨ, ਸਾਰਿਆਂ ਨੂੰ ਬੇਨਤੀ ਹੈ ਜਾਂ ਤਾਂ ਸਾਇਲੈਂਟ 'ਤੇ ਲਾ ਲਓ ਜਾਂ ਵਾਈਬ੍ਰੇਸ਼ਨ 'ਤੇ ਲਾ ਲਓ, ਕੋਈ ਬੈੱਲ ਨਾ ਵੱਜੇ, ਕਿਉਂਕਿ ਜਦੋਂ ਫੋਨ ਵੱਜਦਾ ਤਾਂ ਸਾਰਿਆਂ ਦਾ ਮਨ ਦਾ ਜਿਹੜਾ ਇੱਧਰ ਉੱਧਰ ਹੋ ਜਾਂਦਾ। ਅਤੇ ਬੇਟੀ ਨੇ ਬਹੁਤ ਸੋਹਣੀ ਜਾਣ ਪਛਾਣ ਕਰਾਈ, ਬਹੁਤ ਧੰਨਵਾਦ। ਬੇਨਤੀ ਕਰਦਾ ਸਰਦਾਰ ਅਜਮੇਰ ਸਿੰਘ ਜੀ ਨੂੰ ਸੰਗਤਾਂ ਦੇ ਸਨਮੁੱਖ ਹੋਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਵਰਲਡ ਸਿੱਖ ਔਰਗੇਨਾਈਜੇਸ਼ਨ WSO ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇਹ ਸਬੱਬ ਪੈਦਾ ਕੀਤਾ ਕਿ ਮੈਂ ਤੁਹਾਡੇ ਸਨਮੁੱਖ ਹੋ ਸਕਿਆ। ਬਾਕੀ ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਆਏ, ਇੱਕ ਲਾਗਣ ਨਾਲ ਅਤੇ ਕਿਸੇ ਤਾਂਘ ਨਾਲ ਇੱਥੇ ਆਏ। ਉਹ ਤਾਂਘ ਜਿਹੜੀ ਹੈ ਉਹ ਕੌਮੀ ਪਿਆਰ 'ਚੋਂ, ਪੰਥਕ ਪਿਆਰ 'ਚੋਂ ਹੀ ਪੈਦਾ ਹੁੰਦੀ ਹੈ। ਸੋ ਤੁਹਾਡੇ ਉਸ ਪੰਥਕ ਜਜ਼ਬੇ ਨੂੰ ਸਲਾਮ। ਅਤੇ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਮੇਰਾ ਖਿਆਲ ਅੱਧਾ ਕੁ ਘੰਟਾ ਜੇ ਪਹਿਲਾਂ ਬੋਲੀਏ, ਕਿਉਂਕਿ ਫਿਰ ਜਦੋਂ ਸਵਾਲ ਜਵਾਬ ਹੋਣਗੇ ਤਾਂ ਜ਼ਿਆਦਾ ਗੱਲਾਂ ਉਦੋਂ ਸਾਫ਼ ਹੋ ਸਕਣਗੀਆਂ। ਇਸ ਅੱਧੇ ਕੁ ਘੰਟੇ 'ਚ ਮੈਂ ਗੱਲ ਜਿੱਥੋਂ ਸ਼ੁਰੂ ਕਰਨੀ ਚਾਹੁੰਦਾ ਉਹ ਇਹ ਕਿ ਮੈਂ ਜਿੱਥੇ ਵੀ ਜਾਂਦਾ ਆ ਪਿਛਲੇ ਕੁਝ ਸਮੇਂ 'ਚ, ਅਜੀਬ ਕਿਸਮ ਦਾ ਕੌਮ ਵੱਲੋਂ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ, ਤਿੰਨ ਪੀੜ੍ਹੀਆਂ ਤੱਕ ਤਕਰੀਬਨ ਬੜਾ ਪਿਆਰ ਮਿਲ ਰਿਹਾ। ਮੈਂ ਆਪਦੇ ਆਪ ਨੂੰ ਇੰਨਾ ਯੋਗ ਨਹੀਂ ਸੀ ਸਮਝਦਾ, ਅਜੇ ਵੀ ਨਹੀਂ ਸਮਝਦਾ। ਇਹ ਕੋਈ ਮੇਰੀ ਲਿਆਕਤ ਨਹੀਂ। ਇਹ ਜਿਹੜਾ ਕੌਮ ਵੱਲੋਂ ਪਿਆਰ ਮਿਲ ਰਿਹਾ ਮੇਰੇ ਵਰਗੇ ਇੱਕ ਨਿਮਾਣੇ ਜਿਹੇ ਬੰਦੇ ਨੂੰ, ਕਿਉਂਕਿ ਮੈਂ ਕਿਸੇ ਯੂਨੀਵਰਸਿਟੀਆਂ 'ਚ ਨਹੀਂ ਪੜ੍ਹਿਆ ਹੋਇਆ, ਮੈਂ ਕੋਈ ਟ੍ਰੇਨਡ ਸਕਾਲਰ ਨਹੀਂ, ਮੈਂ ਤਾਂ ਐਵੇਂ ਇੱਕ ਐਕਸੀਡੈਂਟਲੀ ਲੇਖਕ ਬਣ ਗਿਆ, ਜਾਂ ਜਿਹਨੂੰ ਵਿਦਵਾਨ ਕਹਿ ਲਓ। ਅਤੇ ਪਰ ਜਿਹੜਾ ਕੌਮ ਵੱਲੋਂ ਪਿਆਰ ਮਿਲਿਆ ਉਹਦੀ ਵਜ੍ਹਾ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕੌਮ ਪਿਛਲੇ 40 ਸਾਲਾਂ ਤੋਂ ਘੱਟੋ ਘੱਟ ਇੱਕ ਬੜੇ ਉਥਲ ਪੁਥਲ 'ਚੋਂ ਮਾਨਸਿਕ ਤੌਰ 'ਤੇ, ਦਰਬਾਰ ਸਾਹਿਬ 'ਤੇ ਹਮਲਾ ਕੋਈ ਛੋਟੀ ਗੱਲ ਨਹੀਂ ਸੀ, ਇਹ ਰੋਜ਼ ਰੋਜ਼ ਨਹੀਂ ਹੁੰਦੇ। 18ਵੀਂ ਸਦੀ 'ਚ 1740 ਤੋਂ ਲੈ ਕੇ 1764 ਤੱਕ 24 ਸਾਲਾਂ 'ਚ 5 ਵਾਰ ਆਪਾਂ ਕਹਿ ਸਕਦੇ ਹਾਂ ਹਮਲੇ ਹੋਏ, ਜਿਨ੍ਹਾਂ 'ਚੋਂ 3 ਵਾਰ ਆਪਣੇ ਪਵਿੱਤਰ ਸਰੋਵਰ ਦੀ ਬੇਅਦਬੀ ਕੀਤੀ ਗਈ, ਕਦੇ ਉਹਨੂੰ ਰੇਤੇ ਨਾਲ ਭਰਿਆ ਗਿਆ, ਕਦੇ ਡੰਗਰ ਪਸ਼ੂਆਂ ਦੇ ਹੱਡ ਲਿਆ ਕੇ ਸੁੱਟੇ ਗਏ ਬੇਅਦਬੀ ਕਰਨ ਵਾਸਤੇ, ਅਤੇ 2 ਵਾਰ ਸ਼੍ਰੀ ਹਰਿਮੰਦਰ ਸਾਹਿਬ ਨੂੰ ਬਿਲਕੁਲ ਢਾਹ ਕੇ ਪੱਧਰਾ ਕੀਤਾ ਗਿਆ, ਇਹ 24 ਸਾਲਾਂ ਦੇ ਵਕਫੇ 'ਚ। ਪਰ 1764 ਤੋਂ ਬਾਅਦ 1983 ਤੱਕ ਤੁਸੀਂ ਦੇਖ ਲਓ ਕਿੱਡਾ ਸਮਾਂ ਬਣਦਾ। ਉਹਦੇ 'ਚ ਹੋਰ ਬਹੁਤ ਕੁਛ ਹੁੰਦਾ ਰਿਹਾ ਕੌਮ ਨਾਲ, ਪੰਜਾਬ ਆਪਦਾ ਜਿਹੜਾ ਆਜ਼ਾਦ ਖਾਲਸਾ ਰਾਜ ਸੀ ਉਹ ਵੀ ਹੱਥੋਂ ਗਿਆ, ਅੰਗਰੇਜ਼ਾਂ ਦੀ ਗੁਲਾਮੀ ਵੀ ਹੋਈ, ਫਿਰ ਮੁੜ ਕੇ ਨਵੇਂ ਹਾਕਮ ਆਏ ਭਾਰਤ ਦੇ, ਉਹਨਾਂ ਨੇ ਜੋ ਕੁਛ ਵਾਅਦੇ ਕੀਤੇ ਸੀ ਉਹਦੇ ਉਲਟ ਜੋ ਕੁਛ ਵਰਤਾਓ ਉਹਨਾਂ ਦਾ ਸਾਹਮਣੇ ਆਇਆ, ਉਹਦੇ ਖਿਲਾਫ਼ ਲਗਾਤਾਰ ਸੰਘਰਸ਼ ਚੱਲਦਾ ਹੀ ਰਿਹਾ, ਕੌਮ ਲੜਦੀ ਰਹੀ ਹੈ ਅਤੇ ਜਬਰ ਵੀ ਹੁੰਦਾ ਹੀ ਰਿਹਾ। ਪਰ ਦਰਬਾਰ ਸਾਹਿਬ 'ਤੇ ਹਮਲਾ ਕਦੇ ਨਹੀਂ ਸੀ ਹੋਇਆ। ਸੋ 1764 ਤੋਂ ਬਾਅਦ 1984  'ਚ ਜਾ ਕੇ ਹਮਲਾ ਹੋਇਆ। ਇਹ ਕਿਉਂ, ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਐਡੀ ਕੀ ਨੌਬਤ ਆ ਗਈ ਸੀ, ਐਡੀ ਲੋੜ ਕੀ ਪੈ ਗਈ ਸੀ ਉਹਨਾਂ ਨੂੰ, ਕਿਉਂਕਿ ਮੁਗਲਾਂ ਵੇਲੇ ਤਾਂ ਸਾਨੂੰ ਗੱਲ ਸਮਝ ਆਉਂਦੀ ਹੈ, ਉਹਨੂੰ ਆਪਾਂ ਕਹਿ ਦਿੰਦੇ ਉਹ ਸਾਡੇ ਨਹੀਂ ਸੀ, ਉਹ ਤਾਂ ਬਗਾਨੇ ਸੀ, ਇਹਨੂੰ ਤਾਂ ਆਪਾਂ ਸਾਡੇ ਕਹਿੰਦੇ ਰਹੇ ਹਾਂ ਨਾ, ਸਾਡਾ ਦੇਸ਼,
ਸਾਡੀ ਸਰਕਾਰ ਅਤੇ ਇਹ ਸਾਡੀ ਮਤਲਬ ਇੰਨੇ ਬੇਗਾਨਿਆਂ ਤੋਂ ਵੀ ਵੱਧ ਮਤਲਬ ਜੋ ਉਹਨਾਂ ਨੇ ਵੈਰ ਕਮਾਇਆ ਇਹ ਕਿਉਂ, ਇਹਦਾ ਕੋਈ ਛੋਟਾ ਕਾਰਨ ਨਹੀਂ ਹੋ ਸਕਦਾ। ਸੋ ਇਹਦੇ ਵਿੱਚੋਂ ਉਹਨਾਂ ਦੀ ਮਾਨਸਿਕਤਾ ਸਮਝਣੀ ਪਊ ਕਿ ਉਹਨਾਂ ਦੀ ਮਾਨਸਿਕਤਾ ਕੀ ਹੈ। ਜਿੰਨਾ ਚਿਰ ਅਸੀਂ ਆਪਦੇ ਵਿਰੋਧੀ ਦੀ ਮਾਨਸਿਕਤਾ ਨੂੰ ਨਹੀਂ ਸਮਝਾਂਗੇ ਉਨਾ ਚਿਰ ਅਸੀਂ ਉਹਦੇ ਖਿਲਾਫ਼ ਲੜ ਨਹੀਂ ਸਕਦੇ। ਉਦੋਂ ਤੋਂ ਲੈ ਕੇ ਹੁਣ ਤੱਕ, 84 ਤੋਂ ਲੈ ਕੇ ਹੁਣ ਤੱਕ ਕਿਸੇ ਵੀ ਗੱਲ ਦਾ ਇਨਸਾਫ਼ ਨਹੀਂ ਮਿਲਿਆ। ਜਿਹੜਾ ਹੁੰਦਾ ਨਾ ਕਈ ਵਾਰ, ਚਲੋ ਜ਼ਖਮ ਤਾਂ ਹੋ ਜਾਂਦੇ ਨੇ ਫਿਰ ਮੁੜ ਕੇ, ਕਈ ਵਾਰ ਉੱਥੇ ਮਲਮ ਲਾਉਣ ਦੀ ਲੋੜ ਪੈਂਦੀ ਹੁੰਦੀ ਹੈ। ਮਲਮ ਕੀ ਲਾਉਣੀ ਸੀ, ਸਗੋਂ ਉਹ ਜ਼ਖਮ ਵਾਰ ਵਾਰ ਉਚੇੜੇ ਜਾ ਰਹੇ ਨੇ। ਅੱਜ ਤੱਕ ਵੀ ਤੁਸੀਂ ਜਿਹੜੇ ਕੱਲ੍ਹ ਵੀ ਖਬਰਾਂ ਆਈਆਂ ਨੇ ਵੀ ਕਿਵੇਂ ਸਿੱਖਾਂ ਨੂੰ ਹਿਮਾਚਲ ਦੇ ਵਿੱਚ ਕੁੱਟਿਆ ਗਿਆ, ਮਾਰਿਆ ਗਿਆ, ਜਲੀਲ ਕੀਤਾ ਗਿਆ ਸਿਰਫ ਸਿੱਖ ਹੋਣ ਕਰਕੇ, ਇਹ ਨਹੀਂ ਕਿ ਉੱਥੇ ਕੋਈ ਜੁਰਮ ਕੀਤਾ ਸੀ। ਸੋ ਇਹ ਜਿਹੜਾ ਅਹਿਸਾਸ ਕਰਵਾਇਆ ਜਾ ਰਿਹਾ ਰੋਜ਼ ਕਿ ਇਹ ਤੁਹਾਡਾ ਦੇਸ਼ ਨਹੀਂ, ਇਹ ਬਹੁਤ ਵੱਡੀ ਗੱਲ ਹੈ। ਸੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਮੇਰੇ ਪ੍ਰਤੀ ਇਸ ਤਰ੍ਹਾਂ ਦਾ ਪਿਆਰ ਕਿਉਂ ਪ੍ਰਗਟਾਇਆ ਜਾ ਰਿਹਾ, ਉਹਦਾ ਕਾਰਨ ਇਹ ਕਿ ਕੌਮ ਬਹੁਤ ਬੇਚੈਨ ਹੈ 40 ਸਾਲਾਂ ਤੋਂ। ਚਾਹੁੰਦੇ ਨੇ ਕਿ ਇਸ ਮਸਲੇ ਦਾ ਕੋਈ ਸਾਡਾ ਹੱਲ ਨਿਕਲੇ, ਸਾਨੂੰ ਇਨਸਾਫ ਮਿਲੇ। ਲੰਮਾ ਸਮਾਂ ਉਹ ਭਾਰਤੀ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿੰਦੀ ਉਹਨਾਂ ਦੀ ਇਹ ਯਤਨ ਰਿਹਾ ਕਿ ਜੇ ਆਹ ਗੱਲ ਹੋ ਜੇ ਚਲੋ ਫਿਰ ਵੀ ਸਾਡਾ ਭਰੋਸਾ ਵੱਧ ਜੇ, ਜੇ ਆਹ ਗੱਲ ਹੋ ਜੇ ਫਿਰ ਵੀ ਭਰੋਸਾ ਵੱਧ ਜੇ, ਪਰ ਕਿਸੇ ਵੀ ਗੱਲ ਦੇ ਉੱਤੇ ਬਿਲਕੁਲ ਹੀ ਉਹਨਾਂ ਨੇ ਨਾ ਕੋਈ ਨੀਤ ਦਿਖਾਈ ਨਾ ਇਮਾਨਦਾਰੀ ਦਿਖਾਈ। ਸੋ ਜਿਹਦੇ ਕਰਕੇ ਹੁਣ ਸਿੱਖ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਇਸ ਦੇਸ਼ ਦੇ ਅੰਦਰ ਸ਼ਾਇਦ ਸਾਨੂੰ ਹੁਣ ਇਨਸਾਫ਼ ਨਹੀਂ ਮਿਲ ਸਕੂਗਾ, ਜਿਹਦੇ ਕਰਕੇ ਮਸਲਾ ਵੱਡਾ ਬਣ ਗਿਆ। ਸੋ ਆਹ ਜਿਹੜੀ ਬੇਚੈਨੀ ਹੈ ਕੌਮ ਦੇ ਵਿੱਚ, ਜੋ ਦਰਦ ਹੈ ਕੌਮ ਨੂੰ ਜਿਹੜਾ ਲੈ ਕੇ ਤੁਰ ਰਹੇ ਨੇ, ਉਹ ਗੱਲ ਉਹ ਹੈ ਅਸਲ 'ਚ ਮੇਰੀ ਲਿਖਤ 'ਚੋਂ ਮੇਰੇ ਬੋਲ 'ਚੋਂ ਉਹਨਾਂ ਨੂੰ ਇਹ ਕੋਈ ਅਹਿਸਾਸ ਮਿਲਦਾ, ਇਹੋ ਜਿਹੀ ਫੀਲਿੰਗ ਮਿਲਦੀ ਹੈ ਕਿ ਕੌਮ ਦਾ ਦਰਦ ਬੋਲ ਰਿਹਾ ਹੈ, ਹੋਰ ਮੈਂ ਕੁਛ ਨਹੀਂ। ਕੌਮ ਦੀ ਬੇਚੈਨੀ ਨੂੰ, ਕੌਮ ਦੇ ਸਮੱਸਿਆਵਾਂ ਨੂੰ, ਕੌਮ ਦੇ ਦਰਦ ਨੂੰ ਮੈਂ ਆਪਦੀ ਜਾਂ ਜ਼ੁਬਾਨ ਦਿੰਦਾ ਜਾਂ ਸ਼ਬਦ ਦਿੰਦਾ, ਹੋਰ ਮੈਂ ਕੋਈ ਉਸ ਤਰ੍ਹਾਂ ਦਾ ਬਹੁਤ ਵੱਡਾ ਨਾ ਵਿਦਵਾਨ ਹਾਂ ਅਤੇ ਨਾ ਮੈਂ ਕੋਈ। ਤੁਸੀਂ ਇਹ ਮੇਰੀ ਜਿਹੜੀ ਹੁਣ ਕਿਤਾਬ ਆਈ ਉਹ ਪੜ੍ਹ ਕੇ ਦੇਖਿਓ, ਮੈਂ ਤਾਂ ਮੇਰੀ ਸਟੇਜ 'ਤੇ ਜਾਣ ਵੇਲੇ ਮੇਰੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸੀ, ਜ਼ੁਬਾਨ ਵੀ ਕੰਬਣ ਲੱਗ ਜਾਂਦੀ ਸੀ। ਮੈਨੂੰ ਤਾਂ ਬਿਲਕੁਲ ਨਹੀਂ ਸੀ ਮੈਂ ਕਦੇ ਸਟੇਜ 'ਤੇ ਜਾ ਸਕੂੰਗਾ, ਬੋਲ ਸਕੂੰਗਾ, ਲਿਖਣ ਦਾ ਕੋਈ ਵੀ ਅਭਿਆਸ ਨਹੀਂ ਸੀ। ਸੋ ਵੱਡੀ ਗੱਲ ਜਿਹੜੀ ਹੈ ਨਾ ਤੁਹਾਡੀ ਇਮਾਨਦਾਰੀ, ਸੁਹਿਰਦਤਾ, ਕੌਮ ਪ੍ਰਤੀ ਸੁਹਿਰਦ ਹੋਵੋ। ਜੇ ਕੁਛ ਪ੍ਰਾਪਤੀ ਦੀ ਲਾਲਸਾ ਕਰਕੇ ਚੱਲਦੇ ਹੋ ਨਾ ਕਿ ਮੈਨੂੰ ਆਹ ਮਿਲ ਜੇ, ਉਹ ਕੱਢਣਾ ਪਊਗਾ। ਜਦੋਂ ਕੌਮ ਦੀ ਗੱਲ ਆਉਣੀ ਹੈ ਉਦੋਂ ਆਪਾ ਭਾਵ ਬਿਲਕੁਲ ਖਤਮ ਕਰਨਾ ਪਊਗਾ, ਉਦੋਂ ਫਿਰ ਤੁਹਾਨੂੰ ਬਸ ਸਿਰਫ ਜਿਹੜਾ ਸਾਹਮਣੇ ਨਜ਼ਰ ਹੈ ਜਾਂ ਜੋ ਵੀ ਆਦਰਸ਼ ਹੈ ਉਹ ਹੈ ਕਿ ਕੌਮ ਦਾ ਕੀ ਹੋ ਸਕਦਾ, ਆਪ ਨੂੰ ਭੁੱਲ ਜਾਓ, ਹੁੰਦਾ ਇਹ ਔਖਾ। ਆ ਪਿਛਲੇ ਸਮੇਂ ਦੌਰਾਨ ਸਾਡੇ ਨਾਲ ਵਾਰ ਵਾਰ ਜੋ ਕੁਛ ਹੁੰਦਾ ਹੈ,
ਸਰਕਾਰਾਂ ਬਣਾਉਣੇ ਇਸ ਉਮੀਦ ਨਾਲ ਕਿ ਸਾਨੂੰ ਇਨਸਾਫ ਮਿਲੂ। ਪਰ ਉਹ ਤਾਂ ਬੰਦੇ ਜਿਨ੍ਹਾਂ ਨੂੰ ਤੁਸੀਂ ਭੇਜਦੇ ਹੋ ਉਹਨਾਂ ਨੂੰ ਕੌਮ ਨਾਲ, ਉਹ ਤਾਂ ਸਿਰਫ ਵੋਟਾਂ ਲੈਣ ਤੱਕ ਕੌਮ ਦਾ ਮਤਲਬ ਹੁੰਦਾ। ਗਰਜਾਂ ਤਾਂ ਆਪਦੀਆਂ ਪਈਆਂ, ਕਿਤੇ ਆਪਦੀਆਂ ਲਾਲਸਾਵਾਂ ਪਈਆਂ, ਉਹ ਤਾਂ ਉਹ ਪੂਰੀਆਂ ਕਰਨ ਲੱਗ ਜਾਂਦੇ ਨੇ। ਫਿਰ ਉਹਨਾਂ ਦੇ ਖਿਲਾਫ ਗੁੱਸਾ ਚੜ੍ਹਦਾ, ਫਿਰ ਕਿਸੇ ਨਵੇਂ ਵੱਲ ਦੇਖਦੇ। ਸੋ ਵਾਰ ਵਾਰ ਇਹੀ ਕੁਝ ਜਿਹਾ ਹੁੰਦਾ ਆਇਆ। ਹੁਣ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਇੱਥੇ ਕਿ ਜਿਹੜਾ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ, ਉਸ ਤੋਂ ਬਾਅਦ ਜੋ ਹਾਲਤ ਬਣੇ, ਤੁਹਾਡੇ ਵਿੱਚੋਂ ਥੋੜ੍ਹੇ ਬੰਦੇ ਹੋਣਗੇ ਜਿਨ੍ਹਾਂ ਨੂੰ ਉਸ ਸਮਿਆਂ ਦੀ ਸੁਰਤ ਹੈ ਪੂਰੀ, ਜਾਂ ਜਿਹੜੇ ਉਸ ਸਮੇਂ ਦੇ ਵਿੱਚੋਂ ਨਿਕਲੇ। ਬਹੁਤ ਅੱਜ ਕੱਲ੍ਹ ਜਿਹੜੇ ਮੈਨੂੰ ਨੌਜਵਾਨ ਮਿਲ ਰਹੇ ਨੇ, ਉਹ ਤਾਂ ਉਦੋਂ ਉਹਨਾਂ ਦਾ ਜਨਮ ਹੀ 84 ਤੋਂ ਬਾਅਦ ਹੋਇਆ, ਜਾਂ 84  'ਚ ਜੇ ਪੂਰੀ ਸੋਝੀ ਵੀ ਨਹੀਂ ਸੀ, ਬਚਪਨ ਹੀ ਸੀ। ਸੋ ਤਕਰੀਬਨ ਮੈਂ ਕਹਿ ਸਕਦਾ ਵੀ 3 ਪੀੜ੍ਹੀਆਂ ਇਸ ਅਮਲ ਦੇ ਵਿੱਚੋਂ ਨਿਕਲ ਚੁੱਕੀਆਂ, ਅਤੇ ਤਿੰਨਾਂ ਦੇ ਦਿਲਾਂ 'ਚ ਇੱਕੋ ਜਿਹੀ ਦਰਦ ਮੈਂ ਦੇਖ ਰਿਹਾ। ਛੋਟੇ ਬੱਚਿਆਂ ਤੋਂ ਲੈ ਕੇ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਵੀ ਸੋਝੀ ਹੈ, ਅਤੇ ਬਜ਼ੁਰਗਾਂ ਤੱਕ, ਉਹ ਜਿਵੇਂ ਇੱਕੋ ਹੀ ਵੇਵ ਲੈਂਥ 'ਤੇ ਚੱਲ ਰਹੇ। ਹੁਣ ਮੈਂ ਕਿਤਾਬ ਲਿਖਣ ਦਾ ਫੁਰਨਾ ਕਿਵੇਂ ਫੁਰਿਆ, ਇਹ ਵੀ ਇੱਕ ਇਹ ਕਹਿ ਲਓ ਕਿ ਇਤਫਾਕ ਹੀ ਹੈ। ਕਿਉਂਕਿ ਜਦੋਂ ਲਹਿਰ ਖਤਮ ਹੋ ਗਈ 1995 ਕਹਿ ਸਕਦੇ ਹਾਂ, ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨਾਲ ਤਕਰੀਬਨ ਜਿਹੜੀ ਖਾੜਕੂ ਸੰਘਰਸ਼ ਸੀ ਉਹ ਖਤਮ ਹੋ ਗਿਆ ਸੀ, ਅਤੇ ਪੁਲਿਸ ਦੀ ਪੂਰੀ ਦਹਿਸ਼ਤ ਸਰਕਾਰ ਦੀ ਉਹ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਉਹ ਉਹਨਾਂ ਦਿਨਾਂ ਦਾ ਪੰਜਾਬ ਦੇਖਿਆ, ਉਹ ਪੂਰੀ ਲੋਕਾਂ ਦੇ ਦਿਲਾਂ ਦੇ ਉੱਤੇ ਦਹਿਸ਼ਤ ਪੈ ਚੁੱਕੀ ਸੀ ਕਿ ਪਤਾ ਨਹੀਂ ਕਿਹਨੂੰ ਕਦੋਂ ਚੁੱਕ ਕੇ ਗੋਲੀ ਮਾਰ ਦੇਣ। ਇਸ ਕਰਕੇ ਖੁੱਲ੍ਹ ਕੇ ਗੱਲ ਕਰਨ ਤੋਂ ਜਕਦੇ ਸੀ ਲੋਕ ਕਿਤੇ ਵੀ। ਦੂਜੇ ਪਾਸੇ ਦੁਸ਼ਮਣ ਜਿਨ੍ਹਾਂ ਨੇ ਇਹ ਸਾਕਾ ਵਰਤਾਇਆ, ਇਹ ਕਾਰਾ ਕੀਤਾ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲਾ, ਉਦੋਂ ਬਾਅਦ 10 ਸਾਲ ਜਿਹੜਾ ਜਬਰ ਦੀ ਮੁਹਿੰਮ ਚੱਲੀ ਪੰਜਾਬ ਦੇ ਵਿੱਚ ਕਾੜਕੂ ਸੰਘਰਸ਼ ਦੇ ਨੂੰ ਦਬਾਉਣ ਵਾਸਤੇ, ਉਹ ਆਪਦਾ ਪੱਖ ਲਗਾਤਾਰ ਲੋਕਾਂ 'ਚ ਲੈ ਕੇ ਜਾਈ ਜਾ ਰਹੇ ਸੀ, ਕਿਤਾਬਾਂ ਰਾਹੀਂ, ਫਿਲਮਾਂ ਰਾਹੀਂ ਵੀ, ਬਾਕੀ ਮੀਡੀਏ ਰਾਹੀਂ, ਕਿਉਂਕਿ ਮੀਡੀਆ ਉਹਨਾਂ ਦਾ, ਖਬਰ ਕਿਵੇਂ ਦੇਣੀ ਹੈ, ਕਿਸੇ ਗੱਲ ਦੀ ਸ਼ਬਦ ਕਿਹੜਾ ਵਰਤਣਾ ਹੈ। ਸਭ ਤੋਂ ਪਹਿਲਾ ਜਿਹੜਾ ਮਸਲਾ ਹੁੰਦਾ ਨਾ ਬੰਦੇ ਦਾ, ਉਹ ਹੁੰਦਾ ਵੀ ਤੁਹਾਨੂੰ ਕੋਈ ਨਾਂ ਕੀ ਦਿੰਦਾ, ਕਿਉਂਕਿ ਨਾਂ ਆਪਦਾ ਰੱਖਣ ਦਾ ਤਾਂ ਆਪ ਨੂੰ ਅਧਿਕਾਰ ਹੁੰਦਾ ਨਾ, ਮੈਂ ਕੀ ਹਾਂ ਮੇਰੇ ਨਾਂ ਤੋਂ ਪਤਾ ਲੱਗੂ। ਹੁਣ ਜੇ ਕੋਈ ਸਿੰਘ ਬੰਦੂਕ ਚੁੱਕ ਕੇ ਲੜਨ ਤੁਰਦਾ ਜ਼ੁਲਮ ਦੇ ਖਿਲਾਫ, ਉਹ ਤਾਂ ਫਿਰ ਇਹੀ ਕਹੂ ਨਾ ਮੈਂ ਜੁਝਾਰੂ ਹਾਂ। ਸਰਕਾਰ ਨੇ ਉਹਨੂੰ ਨਾਂ ਦਿੱਤਾ ਅੱਤਵਾਦੀ ਜਾਂ ਦਹਿਸ਼ਤਗਰਦ। ਮੁੜ ਕੇ ਸਰਕਾਰ ਦੀ ਗੱਲ ਇੰਨੀ ਫਲਾਈ ਧਮਾਈ ਗਈ ਇੰਨੀ ਵੱਡੀ ਪੱਧਰ 'ਤੇ ਕਿ ਸਾਡੇ ਆਪਦੇ ਬੰਦਿਆਂ ਦੇ ਮੂੰਹਾਂ 'ਤੇ ਉਹੀ ਸ਼ਬਦ ਚੜ੍ਹ ਗਿਆ, ਅੱਤਵਾਦ ਦਾ ਦੌਰ। ਸਾਡੇ ਮੈਂ ਨਾ ਕਈ ਬੰਦਿਆਂ ਨਾਲ ਸਧਾਰਨ ਗੱਲਬਾਤ, ਉਹ ਜੀ ਫਿਰ ਜਿਹੜਾ ਅੱਤਵਾਦ ਦਾ ਦੌਰ ਸੀ, ਇੱਕ ਉਹ ਅੱਤਵਾਦ, ਇੱਕ ਕਾਲਾ ਦੌਰ। ਤੁਸੀਂ ਕਾਲਾ ਦੌਰ ਤਾਂ ਰੋਜ਼ ਸੁਣਦੇ ਹੋ, ਕਿਸੇ ਵਿਦਵਾਨ ਨੂੰ ਸੁਣ ਲਓ, ਕਿਸੇ ਮੀਡੀਆ ਵਾਲੇ ਨੂੰ ਸੁਣ ਲਓ ਵੀ ਉਹ ਕਾਲਾ ਦੌਰ ਸੀ ਜੀ।
ਹੁਣ ਜਿਹੜੇ ਦੌਰ ਨੂੰ ਤੁਸੀਂ ਕਾਲਾ ਕਹੋਗੇ ਨਾ, ਉਹ ਤਾਂ ਤੁਹਾਡੇ ਵਾਸਤੇ ਸ਼ਰਮਨਾਕ ਹੀ ਹੋਊ ਨਾ, ਵੀ ਜਿੱਥੇ ਤੁਸੀਂ ਮਾਣ ਵੀ ਨਹੀਂ ਕਰ ਸਕਦੇ। ਅਤੇ ਜੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਜਿਵੇਂ ਸ਼ਹਾਦਤਾਂ ਦਿੱਤੀਆਂ ਅਤੇ ਅਸੀਂ ਉਹਨੂੰ ਕਾਲਾ ਦੌਰ ਕਹਿ ਕੇ ਅਤੇ ਹੀਣ ਭਾਵਨਾ ਪਾਲਣ ਲੱਗ ਜਾਈਏ, ਉਹ 'ਤੇ ਫਖਰ ਕਰਨ ਦੀ ਬਜਾਏ, ਉਹਨਾਂ ਨੂੰ ਮਾਣ ਬਖਸ਼ਣ ਦੀ ਬਜਾਏ ਉਹਨਾਂ ਵੱਲ ਉਂਗਲਾਂ ਕਰਨ ਲੱਗ ਜਾਈਏ, ਫਿਰ ਉਹ ਲਹੂ ਡੁੱਲਿਆ, ਉਹ ਸ਼ਹਾਦਤਾਂ ਉਹ ਕਿਹੜੇ ਖਾਤੇ 'ਚ ਪਈਆਂ। ਸੋ ਇਹ ਸਾਰਾ ਕੁਛ ਚੱਲ ਰਿਹਾ ਸੀ ਵੀ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਆਪਦੀ ਗੱਲ ਵਿਆਪਕ ਪੈਮਾਨੇ 'ਤੇ ਲੈ ਕੇ ਜਾ ਰਹੇ ਅੱਡ ਅੱਡ ਸਾਧਨਾਂ ਰਾਹੀਂ, ਸਾਡੀ ਗੱਲ ਜਾ ਨਹੀਂ ਰਹੀ। ਸੋ ਇਹ ਉਹ ਸਮਾਂ ਸੀ ਜਦੋਂ ਮੈਨੂੰ ਇੱਕ ਬਜ਼ੁਰਗ ਨੇ, ਸਰਦਾਰ ਜਗਜੀਤ ਸਿੰਘ, ਜਿਨ੍ਹਾਂ ਨੇ ਸਿੱਖ ਇਨਕਲਾਬ ਜੇ ਕਿਸੇ ਨੇ ਕਿਤਾਬ ਪੜ੍ਹੀ ਹੋਵੇ, ਬਹੁਤ ਹੀ ਮੁੱਲਵਾਨ ਕਿਤਾਬ ਹੈ, ਉਸ ਕਿਤਾਬ ਵਿੱਚ ਸਰਦਾਰ ਜਗਜੀਤ ਸਿੰਘ ਨੇ ਦੁਨੀਆ ਦੇ ਵੱਡੇ ਇਨਕਲਾਬ ਜਿਹੜੇ ਹੋਏ, ਫਰਾਂਸ ਦਾ ਇਨਕਲਾਬ, ਰੂਸ ਦਾ ਇਨਕਲਾਬ, ਅਮਰੀਕਾ ਦਾ ਇਨਕਲਾਬ, ਇੰਗਲੈਂਡ ਦਾ ਇਨਕਲਾਬ, ਇਹ ਸਾਰੇ ਇਨਕਲਾਬਾਂ ਦੀ ਤੁਲਨਾ ਸਿੱਖ ਇਨਕਲਾਬ ਨਾਲ ਕੀਤੀ ਅਤੇ ਟਹਿਣ ਠੋਸ ਦਲੀਲਾਂ ਕੈਲ ਕਰਨ ਵਾਲੀਆਂ ਦੇ ਕੇ ਤੱਤ ਅਤੇ ਦਲੀਲਾਂ ਰਾਹੀਂ ਸਾਬਤ ਕੀਤਾ ਕਿ ਠੀਕ ਹੈ ਉਹਨਾਂ ਇਨਕਲਾਬਾਂ ਦੀਆਂ ਵੀ ਬਹੁਤ ਵੱਡੀਆਂ ਪ੍ਰਾਪਤੀਆਂ, ਪਰ ਜੋ ਹਾਸਲ ਸਿੱਖ ਇਨਕਲਾਬ ਨੇ ਕੀਤਾ ਉਹ ਨਹੀਂ ਉਹ ਕਰ ਸਕਿਆ ਸੀ ਕੋਈ। ਮਤਲਬ ਜੇ ਆਪਾਂ ਨਿਚੋੜ ਕੱਢਣਾ ਹੋਵੇ ਉਹਨਾਂ ਸਾਰੇ ਇਨਕਲਾਬਾਂ ਨੇ ਕੀ ਕੀਤਾ, ਉਹਨਾਂ ਨੇ ਸਿਸਟਮ ਬਦਲੇ। ਫਰਾਂਸ ਦਾ ਇਨਕਲਾਬ ਕੀ ਸੀ, ਵੀ ਬਾਦਸ਼ਾਹੀ ਖਤਮ ਕਰਕੇ ਜਮਹੂਰੀਅਤ ਲਿਆਉਂਦੀ, ਸਿਸਟਮ ਹੀ ਬਦਲਿਆ ਨਾ ਇੱਕ। ਸੋ ਉਹ ਸਾਰੇ ਇਨਕਲਾਬਾਂ ਦੇ ਵਿੱਚ ਸਿਸਟਮ ਬਦਲਣ 'ਤੇ ਜ਼ੋਰ ਦਿੱਤਾ ਗਿਆ, ਗੁਰੂ ਸਾਹਿਬਾਨ ਨੇ ਜਿਹੜਾ ਕੀਤਾ ਉਹ ਸਿਸਟਮ 'ਤੇ ਨਹੀਂ, ਉਹ ਸੀ ਬੰਦੇ ਨੂੰ ਬਦਲਣਾ, ਜਿਹੜਾ ਕਿ ਬਹੁਤ ਔਖਾ ਹੁੰਦਾ। ਸਿਸਟਮ ਬਦਲਣੇ ਐਡੀ ਵੱਡੀ ਗੱਲ ਨਹੀਂ ਹੁੰਦੀ, ਲੋਕ ਤਿਆਰ ਹੋ ਜਾਣ, ਖੜ੍ਹੇ ਹੋ ਜਾਣ, ਸਿਸਟਮ ਤਾਂ ਥੋੜ੍ਹੇ ਚਿਰ ਦੇ ਵਿੱਚ ਹੀ ਖਤਮ ਕਰ ਦੇਣਗੇ, ਪਰ ਆਪਣੀ ਆਤਮਾ ਨੂੰ ਬਦਲਣਾ, ਆਪਣੇ ਆਪ ਨੂੰ ਬਦਲਣਾ, ਇਹ ਬਹੁਤ ਵੱਡਾ ਕੰਮ ਹੈ। ਇਹ ਦੁਨੀਆ 'ਚ ਹੋਰ ਹੋਇਆ ਨਹੀਂ ਕਿਸੇ। ਰਾਜ ਤਾਂ ਬਦਲ 'ਤੇ ਬੰਦਿਆਂ ਨੇ ਨਵੇਂ ਸਿਸਟਮ ਲਿਆਉਂਦੇ ਅਤੇ ਵੱਡੇ ਉਹਨਾਂ ਦੇ ਇਤਿਹਾਸ ਵੀ ਬਣ ਗਏ, ਜੰਗਾਂ ਵੀ ਜਿੱਤੀਆਂ, ਜੇ ਨਪੋਲੀਅਨ ਆ ਜਾਂ ਹੋਰ ਜਿੰਨੇ ਵੀ ਅੱਜ ਸਾਡੇ ਇਤਿਹਾਸ ਦੇ ਆਪਾਂ ਕਹਿੰਦੇ ਹਾਂ, ਉਹਨੇ ਇੰਨੀਆਂ ਜੰਗਾਂ ਜਿੱਤੀਆਂ, ਉਹਨੇ ਕਾਹਦੇ ਵਾਸਤੇ ਹਾਸਲ ਕੀ ਕੀਤਾ। ਇਹਦੀ ਤੁਲਨਾ 'ਚ ਜੋ ਗੁਰੂ ਸਾਹਿਬਾਨ ਨੇ ਕੀਤਾ ਅਤੇ ਜੋ ਉਹਨਾਂ ਨੇ ਇੱਕ ਸੇਧ ਮਿਸਤੀ, ਉਸ 'ਤੇ ਚੱਲਦਿਆਂ ਸਿੱਖਾਂ ਨੇ ਸਾਰੇ ਇਤਿਹਾਸ 'ਚ ਜੋ ਕੁਛ ਉਹਨਾਂ ਨੇ ਕੀਤਾ, ਉੱਥੇ ਆਪਦਾ ਵੀ ਮੈਨੂੰ ਕੀ ਮਿਲੇ ਇਹ ਤਾਂ ਗੱਲ ਹੀ ਨਹੀਂ ਕੀਤੀ, ਆਪਣਾ ਆਪ ਤਾਂ ਮਿਟਾ ਰਹੇ ਨੇ। ਸੋ ਜਿਹੜਾ ਨਾ ਬੰਦੇ ਨੂੰ ਬਦਲ, ਉਹਦਾ ਆਤਮਕ ਕਾਇਆ ਕਲਪ ਕਰ ਦੇਣਾ, ਇਹ ਕਿਸੇ ਨੇ ਨਹੀਂ ਸੀ ਕੀਤਾ। ਸੋ ਉਹ ਤਬਦੀਲੀਆਂ ਰਾਜਸੀ ਸੀ, ਸਿਰਫ ਆਤਮਕ ਤਬਦੀਲੀ ਕਿਤੇ ਨਹੀਂ ਆਈ। ਰਾਜ ਬਦਲ ਗਏ, ਹਾਕਮ ਬਦਲ ਗਏ, ਢਾਂਚੇ ਬਦਲ ਗਏ, ਬੰਦਾ ਉਹੀ ਹੈ, ਓਨਾ ਹੀ ਖੁਦਗਰਜ ਹੈ, ਓਨਾ ਹੀ ਲਾਲਚ ਹੈ, ਓਨਾ ਹੀ ਹੰਕਾਰ ਹੈ, ਓਨੀ ਕਮੀਨਗੀ ਹੈ। ਸੋ ਵਧੀ ਜਾਂਦੀ ਹੈ। ਸੋ ਗੁਰੂ ਸਾਹਿਬਾਨ ਨੇ ਬੰਦੇ ਨੂੰ ਬਦਲਣ 'ਤੇ ਜ਼ੋਰ ਦਿੱਤਾ, ਜਿਹਨੂੰ ਇਹ ਕਹਿ ਲਓ ਕਿ ਸੋਫਟਵੇਅਰ ਬਦਲਿਆ। ਬੰਦੇ ਉਹੀ ਸੀ, ਕਿਤੇ ਨਵੇਂ ਤਾਂ ਆਏ ਨਹੀਂ ਸੀ ਬੰਦੇ, ਉਸੇ ਸਮਾਜ 'ਚੋਂ ਜਿਹੜੇ ਸਿੱਖ ਬਣੇ ਉਹਨਾਂ ਦਾ
ਬਿਲਕੁਲ ਕਾਇਆ ਕਲਪ ਹੋ ਗਿਆ, ਬਿਲਕੁਲ ਦੂਜੇ ਸਮਾਜ ਨਾਲ ਦੂਜੇ ਲੋਕਾਂ ਨਾਲ ਇੱਕ ਵੱਖਰੀ ਤਰ੍ਹਾਂ ਦੇ ਬਣ ਗਏ, ਉਹਦੇ 'ਚ ਫਿਰ ਵੱਖਰਾ ਇਤਿਹਾਸ ਰਚਿਆ ਗਿਆ। ਸੋ ਜਿਹੜਾ ਨਾ ਕਿ ਇੱਕ ਰੱਬੀ ਅੰਸ਼ ਲੈ ਕੇ ਆਉਣਾ ਮਨੁੱਖ ਦੇ ਸਾਹਮਣੇ, ਰੱਬ ਦਾ ਭੈ ਉਂਝ ਤਾਂ ਚਲੋ ਬੰਦੇ ਕਦੇ ਨਾ ਕਦੇ ਮੰਨਦੇ, ਕਦੇ ਕਦੇ ਹਰ ਵੇਲੇ ਰੱਬ ਦੇ ਭੈ ਅਤੇ ਭਾਉ ਵਿੱਚ ਰਹਿਣਾ, ਇਹ ਜਾਚ ਗੁਰੂ ਸਾਹਿਬਾਨ ਨੇ ਇਹ ਜਿਹੜੀ ਮੱਤ ਦਿੱਤੀ ਇਹਦੇ ਵਿੱਚੋਂ ਬਹੁਤ ਕੁਛ ਪੈਦਾ ਹੋਵੇਗਾ। ਕਿਉਂਕਿ ਰੱਬੀ ਅੰਸ਼ 'ਚੋਂ ਹੀ ਵਿਸ਼ੇਸ਼ ਅਮਲ ਨਿਕਲਦਾ ਹੈ, ਫਿਰ ਉਹ ਵਿਸ਼ੇਸ਼ ਅਮਲ ਇਤਿਹਾਸ ਬਣ ਜਾਂਦਾ ਹੈ, ਫਿਰ ਉਹ ਵਿਰਸਾ ਬਣ ਜਾਂਦਾ ਹੈ, ਉਹ ਫਿਰ ਸਦੀਆਂ ਤੱਕ ਪ੍ਰੇਰਨਾ ਦਿੰਦਾ ਹੈ। ਅੱਜ ਅਸੀਂ ਉਸੇ ਵਿਰਸੇ ਦੀ ਬਦੌਲਤ, ਉਸੇ ਪ੍ਰੇਰਨਾ ਦੀ ਬਦੌਲਤ ਐਡੀ ਵੱਡੀ ਦੁਨੀਆ ਦੀ ਹੀ ਜਿਹੜੀ ਤਾਕਤ ਹੈ, ਇੱਕ ਹਕੂਮਤ ਹੈ, ਅਤੇ ਉਹਦੇ ਨਾਲ ਜੇ ਆਪਾਂ ਗਿਣਤੀ ਦੇ ਹਿਸਾਬ ਨਾਲ ਦੇਖੀਏ ਸਾਡੀ ਗਿਣਤੀ ਕਿੰਨੀ ਕੁ ਹੈ, ਅਤੇ ਸਾਡੇ ਕੋਲ ਸਾਧਨ ਵੀ ਕਿੰਨੇ ਕੁ, ਅਤੇ ਜੇ ਉੱਥੇ ਈਨ ਨਹੀਂ ਮੰਨ ਰਹੇ, ਰੌਲਾ ਤਾਂ ਉਹਦਾ ਈਨ ਮਨਾਉਣ ਦਾ ਹੀ ਹੈ ਨਾ, ਵੀ ਭੁੱਲ ਜਾਓ 84, ਅਤੇ ਜੇ ਸਿੱਖ ਨਹੀਂ ਭੁੱਲ ਰਹੇ ਤਾਂ ਉਹਦਾ ਕਾਰਨ ਇਹੀ ਹੈ ਕਿ ਜੋ ਸਾਡੇ ਕਰਦਾਰ ਸਿਰਜਦੇ ਗੁਰੂਆਂ ਨੇ, ਇਹ ਇਕੱਲੇ ਬੋਲਾਂ ਨਾਲ ਨਹੀਂ ਸਿਰਜੇ ਗਏ, ਇਹ ਨਾਲੇ ਕੁਛ ਮਹੀਨਿਆਂ ਜਾਂ ਸਾਲਾਂ 'ਚ ਨਹੀਂ ਸਿਰਜੇ ਗਏ, 10 ਜਾਮੇ ਕਿਸੇ ਧਰਮ 'ਚ ਹੋਰ ਨਹੀਂ ਹੋਇਆ। ਹਰ ਧਰਮ ਦਾ ਇੱਕ ਪੈਗੰਬਰ ਹੋ, ਜਿਹਦਾ ਧਰਮ ਪੈਦਾ ਹੁੰਦਾ ਸ਼ੁਰੂ ਹੁੰਦਾ, ਕਿਸੇ ਵੀ ਧਰਮ ਦਾ ਇੱਕ ਤੋਂ ਬਾਅਦ ਦੂਜਾ ਪੈਗੰਬਰ ਨਹੀਂ। ਇਹ ਨਿਯਮ ਟੁੱਟਿਆ ਵੀ ਇੱਕ ਨਹੀਂ 10, ਉਹੀ ਜੋਤ 10 ਜਾਮਿਆਂ 'ਚ ਪ੍ਰਗਟ ਹੋ ਰਹੀ ਹੈ, ਰੱਬੀ ਜੋਤ 10 ਜਾਮਿਆਂ 'ਚ 230 ਸਾਲ ਦੇ ਲਗਭਗ ਨਿਰੰਤਰ ਲਗਾਤਾਰ ਪੰਜਾਬ ਦੇ ਵਿੱਚ ਉਹ ਜਿਹੜਾ ਹੈਗਾ ਰੱਬੀ ਜੋਤ, ਉਹ ਇੱਕ ਅਮਲ ਕੀਤਾ ਜਾ ਰਿਹਾ, ਇੱਕ ਇਤਿਹਾਸ ਸਿਰਜਿਆ ਜਾ ਰਿਹਾ, ਬੰਦਿਆਂ ਨੂੰ ਬਦਲਿਆ ਜਾ ਰਿਹਾ। ਕਿਉਂਕਿ ਜਿੱਡਾ ਵੱਡਾ ਇਹ ਕੰਮ ਸੀ, ਸਿਸਟਮ ਤਾਂ ਇੱਕ ਬੰਦਾ ਵੀ ਉੱਠ ਕੇ, ਇੱਕ ਜਰਨੈਲ ਉੱਠ ਕੇ ਬਦਲ ਸਕਦਾ, ਕੌਮ ਦਾ ਇੱਕ ਵੱਡਾ ਲੀਡਰ ਆਇਆ, ਆਹ ਜਿਹੜੇ ਇਨਕਲਾਬ ਹੋਏ ਨੇ, ਰੂਸ ਦਾ ਹੋਇਆ ਲੈਨਨ ਸੀਗਾ, ਫਰਾਂਸ ਦਾ ਹੋਇਆ, ਉਹਨਾਂ ਕੋਲ ਇਸ ਤਰ੍ਹਾਂ ਦੇ ਬੰਦੇ ਸੀ, ਸਿਸਟਮ ਤਾਂ ਐਂ ਬਦਲੇ ਜਾ ਸਕਦੇ, ਬੰਦੇ ਨੂੰ ਬਦਲਣ ਵਾਸਤੇ ਇੱਕ ਜਾਮੇ 'ਚ ਇਹ ਕੰਮ ਹੋਣਾ ਨਹੀਂ ਸੀ, ਬਹੁਤ ਵੱਡਾ ਪ੍ਰੋਜੈਕਟ ਸੀ। ਸੋ ਜਿਹੜੇ ਵੀ ਇੱਥੇ 10 ਕਿਉਂ ਹੋਏ ਪੈਗੰਬਰ, ਬਾਕੀ ਧਰਮਾਂ ਸਿਰਫ ਇੱਕੋ ਹੋਇਆ, ਕਿਸੇ ਨੇ ਐਡਾ ਵੱਡਾ ਪ੍ਰੋਜੈਕਟ ਲੈ ਕੇ ਚੱਲਿਆ ਨਹੀਂ ਕੋਈ ਧਰਮ ਇਸ ਲੈਵਲ ਦਾ। ਆਪਾਂ ਕਈ ਵਾਰ ਤੁਲਨਾ ਜੀ ਕਰਦੇ ਨਾ, ਉਂਝ ਹੀ ਕਹਿ ਜਾਂਦੇ ਹਾਂ ਵੀ ਧਰਮ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ, ਵੈਸੇ ਉਹ ਤਾਂ ਦੈਟ ਵੇ ਠੀਕ ਹੈ, ਨਫ਼ਰਤ ਨਾ ਕਰੋ ਕਿਸੇ ਨੂੰ, ਜੇ ਇੱਕੋ ਹੀ ਹੁੰਦੇ ਨੇ ਫਿਰ ਉੱਥੇ ਇੱਕ ਪੈਗੰਬਰ ਨਾਲ ਕਿਵੇਂ ਕੰਮ ਹੋ। ਇਹ ਕੋਈ ਐਵੇਂ ਥੋੜ੍ਹਾ ਹੋ ਗਿਆ ਵੀ 10 ਜਾਮਿਆਂ ਦੇ ਵਿੱਚ ਲਗਾਤਾਰ ਉਹੀ ਰੱਬੀ ਜੋਤ ਨੇ ਪ੍ਰਵੇਸ਼ ਕੀਤਾ, ਉਹ ਇਸ ਕਿ ਕੰਮ ਬਹੁਤ ਵੱਡਾ ਸੀ। ਅਤੇ ਖਾਲਸਾ ਪੰਥ ਦੀ ਸਾਜਨਾ ਜਦੋਂ ਹੋ ਗਈ ਸੀ ਤਾਂ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ ਪ੍ਰੋਜੈਕਟ, ਉਹ ਆਪਦਾ ਮੁਕੰਮਲ ਹੋ ਗਿਆ ਸੀ। ਉਦੋਂ ਅੱਗੇ ਹੋਰ ਕੋਈ ਕੰਮ ਗੁਰੂਆਂ ਦੇ ਕਰਨ ਵਾਲਾ ਨਹੀਂ ਸੀ, ਉਹਨਾਂ ਨੇ ਜਿੱਥੇ ਬੰਦੇ ਨੂੰ ਲਿਜਾਣਾ ਸੀ ਉਹ ਲੈ ਗਏ, ਪੂਰਨ ਹੋ ਗਿਆ, ਪੂਰਨਤਾ ਹਾਸਲ ਕਰ ਲਈ ਬੰਦੇ ਨੇ, ਉਦੋਂ ਹੀ ਉਹ ਖਾਲਸਾ ਬਣਿਆ। ਇਸ ਤੋਂ ਪਹਿਲਾਂ ਖਾਲਸਾ ਨਹੀਂ ਸੀ ਬਣ ਸਕਦਾ, ਜਿੰਨਾ ਚਿਰ ਜੇ ਕੁਛ ਕਮੀਆਂ ਪੇਸ਼ੀਆਂ ਸੀ। ਸੋ ਜਦੋਂ ਪੂਰਨਤਾ ਆ ਗਈ ਉਦੋਂ ਬਾਅਦ ਗੁਰੂਆਂ ਨੇ ਤਾਂ ਆਪਦਾ ਕੰਮ ਦੈਟ ਵੇ ਜੋ ਕਰਨਾ ਸੀ ਕਰਤਾ,
ਉਦੋਂ ਬਾਅਦ ਅਗਲਾ ਇਤਿਹਾਸ ਜੋ ਸਿਰਜਣਾ ਸੀ ਉਹ ਗੁਰੂ ਦੇ ਸਿੰਘਾਂ ਨੇ ਸਿਰਜਣਾ ਸੀ, ਉਹ ਸਿਰਜਿਆ। ਸਾਰੀ 18ਵੀਂ ਸਦੀ ਦੇਖ ਲਓ, 19ਵੀਂ ਦੇਖ ਲਓ, 20ਵੀਂ ਦੇਖ ਲਓ, ਅੱਜ ਤੱਕ ਦੇਖ ਲਓ। ਸੋ ਆਪਾਂ ਗੱਲ ਤਾਂ ਉਹੀ ਲੈ ਕੇ ਜਾ ਰਹੇ ਹਾਂ। ਅਤੇ ਮੈਂ ਦੇਖਿਆ ਕਿ ਇਹ ਸਾਰੇ ਪੀੜ 'ਚ ਬਹੁਤ ਸਾਲ, 350-350 ਸਾਲ ਹੋ ਗਏ ਤਕਰੀਬਨ। ਇਹਦੇ 'ਚ ਇਹ ਠੀਕ ਹੈ ਕਿ ਸਾਨੂੰ ਨਾਕਾਮੀਆਂ ਵੀ ਬਹੁਤ ਹੋਈਆਂ, ਸਾਡੇ 'ਚ ਕਮਜ਼ੋਰੀਆਂ ਵੀ ਬਹੁਤ ਆਈਆਂ, ਪਰ ਇੱਕ ਗੱਲ ਜਿਹੜੀ ਧਰਵਾਸ ਵਧਾਉਂਦੀ ਹੈ ਉਹ ਇਹ ਹੈ ਕਿ ਜਿਹੜਾ ਗੁਰੂ ਨਾਲ ਪਿਆਰ ਹੈ ਉਹ ਨਹੀਂ ਸਿੱਖ ਦਾ ਹਟਿਆ। ਬਹੁਤ ਕਮਜ਼ੋਰੀਆਂ, ਲਾਲਚ ਵੀ ਆਏ, ਕਮੀਨਗੀਆਂ ਵੀ ਆਈਆਂ, ਬੰਦੇ ਗਦਾਰੀਆਂ ਵੀ ਕੀਤੀਆਂ, ਸਭ ਕੁਛ ਕੀਤਾ, ਪਰ ਇਹੋ ਜਿਹਾ ਸਿੱਖ ਕੋਈ ਨਹੀਂ ਹੋ ਜਿਹੜਾ ਮਤਲਬ ਹਿੱਕ 'ਤੇ ਥਾਪੀ ਮਾਰ ਕੇ ਕਹਿ ਸਕੇ ਮੈਂ ਗੁਰੂ ਨੂੰ ਪਿਆਰ ਨਹੀਂ ਕਰਦਾ, ਗੁਰੂ ਤੋਂ ਬੇਮੁੱਖ ਹੋ ਜਾਏ, ਨਿਭ ਸਕੇ ਉਹਦੇ ਨਾਲ ਨਾ ਨਿਭ ਸਕੇ ਇਹ ਗੱਲ ਵੱਖਰੀ ਹੈ। ਪ੍ਰਿੰਸੀਪਲ ਤੇਜਾ ਸੁਣਿਆ ਲਿਖਿਆ ਕਿ ਇੱਕ ਗੱਲ ਬੜੀ ਦਿਖਾਈ ਹੈ ਸਿੱਖਾਂ ਨੇ ਕਿ ਕੌਮੀ ਤੌਰ 'ਤੇ ਉਹ ਜਿੰਨਾ ਮਰਜ਼ੀ ਨਿਗਰ ਜਾਣ, ਨਾ ਵਿਅਕਤੀਗਤ ਜੀਵਨ 'ਚ ਕੋਈ ਸਿੱਖ ਜਿੰਨਾ ਮਰਜ਼ੀ ਨਿਗਰੀ, ਪਰ ਜਦੋਂ ਜਿੱਥੇ ਕੌਮੀ ਤੌਰ 'ਤੇ ਕੁਛ ਕਰਨ ਦੀ ਗੱਲ ਆਉਂਦੀ ਹੈ, ਜਿਹੜੇ ਬੰਦਿਆਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੁੰਦੀ, ਸ਼ਰਾਬੀ ਹੈ, ਕਬਾਬੀ ਹੈ, ਪਤਿਤ ਹੈ, ਆਪਾਂ ਪਿਛਲੇ ਸਮੇਂ 'ਚ ਦੇਖਿਆ। ਮੈਂ ਸਭ ਤੋਂ ਪਹਿਲਾਂ ਜਿਹੜਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਇਹ ਸੀ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਤਾਂ ਵੱਡੀ ਗੱਲ ਸੀ, ਜਿਹਦੇ 'ਚੋਂ ਕਿਵੇਂ ਨੌਜਵਾਨ ਜਿਨ੍ਹਾਂ ਦਾ ਪਹਿਲਾਂ ਕੋਈ ਵਾਹ ਵਾਸਤਾ ਹੀ ਨਹੀਂ ਸੀ ਇਸ ਗੱਲ ਨਾਲ, ਭਾਵੇਂ ਉਹ ਉਹਨਾਂ ਦੇ ਕਿਸੇ ਦੇ ਸਰੂਪ ਹੈ ਭਾਵੇਂ ਨਹੀਂ, ਇੱਕਦਮ ਵੀ ਹੁਣ ਗੁਰੂ ਦੀ ਵਾਸਤੇ ਲੜਨਾ ਪਊ ਵੀ ਜਾਨ ਦੇਣੀ ਆ ਗੁਰੂ ਵਾਸਤੇ, ਇੱਦੋਂ ਵੱਡੀ ਸਾਡੇ ਨਾਲ ਹੋਰ ਕੀ ਗੱਲ ਹੋ ਸਕਦੀ ਹੈ। ਫਿਰ ਇੱਕ ਨਹੀਂ, 2-400-500 ਨਹੀਂ, ਹਜ਼ਾਰਾਂ ਦੀ ਗਿਣਤੀ 'ਚ, ਫਿਰ ਕਿੰਨੇ ਸਾਲ, 85 ਤੋਂ ਸ਼ੁਰੂ ਹੋਈ ਖਾੜਕੂ ਲਹਿਰ, ਇਹ ਕਹਿ ਲਓ ਕਿ 93 ਤੱਕ ਤਾਂ ਮਤਲਬ ਉਹ ਪੂਰੀ ਚੱਲੀ ਹੈ, ਇੰਨੇ ਸਾਲ ਲੜਨਾ ਰੜੇ ਮੈਦਾਨ 'ਚ ਪੰਜਾਬ ਵਰਗੇ ਜਿੱਥੇ ਨਾ ਕੋਈ ਜੰਗਲ ਹੈ ਨਾ ਪਹਾੜ ਹੈ, ਲੁਕਣ ਨੂੰ ਤਾਂ ਕੋਈ ਜਗ੍ਹਾ ਹੀ ਨਹੀਂ, ਨੰਗੇ ਧੜ ਲੜ ਰਹੇ, ਅਤੇ ਦੁਨੀਆ ਦੀ ਐਡੀ ਵੱਡੀ ਤਾਕਤ ਨਾਲ, ਇੱਕ ਪਾਸੇ ਅਗਲਿਆਂ ਕੋਲ ਟੈਂਕ ਹੈ, ਜਹਾਜ਼ ਨੇ, ਅਤੇ ਇੱਧਰ ਕੁਛ ਨਹੀਂ, ਹਥਿਆਰ ਹੈ ਅਤੇ ਆਪਦਾ ਕਿਰਦਾਰ ਹੈ, ਜਜ਼ਬਾ ਹੈ ਬਸ। ਸੋ ਲੜੇ ਦੇਖੋ ਇਹ ਜਿਹੜੀ ਕਿੱਡੀ ਵੱਡੀ ਜੰਗ ਲੜੀ ਗਈ ਹੈ, ਕਿੰਨੀਆਂ ਸ਼ਹਾਦਤਾਂ, ਕਿੰਨੇ ਜ਼ੁਲਮ ਹੋਏ ਨੇ, ਉਹ ਤੁਸੀਂ ਜੇ ਸਾਰੇ ਦੌਰ 'ਚੋਂ ਨਿਕਲੋ ਉਹ ਬੰਦੇ ਕੌਣ ਸੀ ਜਿਹੜੇ ਲੜੇ। ਕਈ ਵਾਰ ਨਾ ਜਿਹੜਾ ਹੁੰਦਾ ਮੀਡੀਆ ਉਹਦਾ ਇਹ ਯਤਨ ਹੁੰਦਾ, ਇਕੱਲੇ ਮੀਡੀਆ ਦਾ ਨਹੀਂ ਮਤਲਬ ਸਰਕਾਰਾਂ ਦਾ ਵੀ ਇਹ ਯਤਨ ਹੁੰਦਾ ਵੀ ਉਹ ਅਜਿਹੀਆਂ ਕਿਤਾਬਾਂ ਅਜਿਹੇ ਗੱਲਾਂ ਫੈਲਾਉਂਦੇ ਨੇ ਵੀ ਜਿਹੜੀ ਗੱਲ ਤੋਂ ਸਿੱਖ ਪ੍ਰੇਰਨਾ ਲੈ ਰਹੇ ਨੇ ਉਹਨੂੰ ਬਦਨਾਮ ਕਰ ਦਿਓ। ਹੁਣ ਖਾੜਕੂ ਲਹਿਰ ਬਾਰੇ ਮਤਲਬ ਦੇਖੋ ਕਿੰਨੀਆਂ ਗੱਲਾਂ ਫੈਲਾਈਆਂ ਜਾ ਰਹੀਆਂ, ਉਹ ਤਾਂ ਲੁਟੇਰੇ ਸੀ, ਉਹ ਤਾਂ ਕਾਤਲ ਸੀ, ਉਹਨਾਂ ਨੇ ਤਾਂ ਆਪਦੇ ਬੰਦੇ ਇੰਨੇ ਮਾਰਤੇ, ਉਹਨਾਂ ਨੇ ਤਾਂ ਇਹ ਕਰਤਾ। ਹੁਣ ਕਮੀਆਂ ਪੇਸ਼ੀਆਂ ਹਰ ਲਹਿਰ 'ਚ ਹੋਣਗੀਆਂ, ਇਹ ਗੱਲ ਨਹੀਂ ਹੁੰਦੀ ਕਿ ਕਿਸੇ ਲਹਿਰ 'ਚ ਕੋਈ ਗਲਤੀ ਨਹੀਂ ਹੋਵੇ, ਪਰ ਤੁਸੀਂ ਇੱਕ ਉਹ ਅਨੁਪਾਤ ਠੀਕ ਰੱਖ ਰਹੇ ਹੋ ਕਿ ਨਹੀਂ। ਕੁਛ ਗਲਤੀਆਂ ਨਾਲ ਸਾਰੀ ਲਹਿਰ ਨੂੰ ਪੋਚਾ ਫੇਰ ਦੇਣਾ, ਇਹ ਤਾਂ ਕੁਛ ਵੀ ਨਹੀਂ ਸੀ। ਇਹ ਵਰਤਾਂਤ, ਇਹ ਨੈਰੇਟਿਵ ਬਹੁਤ ਚੱਲ ਰਿਹਾ, ਕਿਉਂ? ਕਿਉਂਕਿ ਡਰ ਹੈ ਉਹਨਾਂ ਨੂੰ ਕਿ ਇਹ ਲਹਿਰ ਨੇ ਫਿਰ ਪ੍ਰੇਰਨਾ ਦੇਣੀ ਹੈ, ਮੁੜ ਕੇ ਸਿੱਖਾਂ 'ਚ ਫਿਰ ਜਜ਼ਬਾ ਭਰਨਾ। ਸੋ ਤੁਸੀਂ ਦੇਖਿਆ ਹੋਊ ਭਾਈ ਦਲਜੀਤ ਸਿੰਘ ਬਿੱਟੂ ਦੀਆਂ ਦੋ ਕਿਤਾਬਾਂ ਆਈਆਂ, ਖਾੜਕੂ ਲਹਿਰ ਦੀ ਸਾਖੀ ਨੰਬਰ 1,
ਨੰਬਰ 2 ਉਹ ਸਾਖੀ ਆ ਬਸ, ਕਿਉਂਕਿ ਲਹਿਰ ਦੇ ਵਿੱਚ ਰਹੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਿਵੇਂ ਦੇਖਿਆ ਉਹ ਉਹਨਾਂ ਨੂੰ ਦਰਸਾਇਆ ਵੀ ਉਹ ਬੰਦੇ ਕੀ ਸੀ। ਤੁਸੀਂ ਦੇਖੋ ਕਿਸ ਕਿਸਮ ਦੇ ਇਨਸਾਨ ਸਿੰਘ ਸੀ, ਕਿੱਡੇ ਕਰਦਾਰ ਸੀ। ਉਹ ਇਹ ਨਹੀਂ ਚਾਹੁਣਗੇ, ਹਕੂਮਤ ਇਹ ਨਹੀਂ ਚਾਹੁੰਦੀ ਵੀ ਆਪਦੇ ਸਿੰਘਾਂ ਬਾਰੇ, ਆਪਦੇ ਜੁਝਾਰੂਆਂ ਬਾਰੇ ਸਾਡੇ ਮਨਾਂ 'ਚ ਕੋਈ ਰਿਸਪੈਕਟ, ਇੱਜ਼ਤ ਪੈਦਾ ਹੋਵੇ। ਉਹ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ। ਸੋ ਲਹਿਰ ਜਦੋਂ ਅਖੀਰਲਾ ਜਿਹਾ ਦੌਰ ਆਇਆ ਉਦੋਂ ਆਪਾਂ ਇਸ ਗੱਲ 'ਚ ਬਹੁਤ ਡਿਟੇਲ 'ਚ ਨਹੀਂ ਜਾਂਦੇ ਕਿ ਕਿਵੇਂ ਉਹਨਾਂ ਨੇ ਆਪਦੇ ਬੰਦੇ ਬਾੜ ਕੇ ਵਿੱਚ ਕਿੰਨੇ ਗਲਤ ਕੰਮ ਕਰਵਾਏ। ਉਹ ਇਹ ਤੱਥ ਨਹੀਂ ਲਿਆਉਣਗੇ ਲੋਕਾਂ ਸਾਹਮਣੇ ਵੀ ਲਹਿਰ 'ਚ ਕੁਛ ਗਲਤ ਐਲੀਮੈਂਟ ਸ਼ਾਮਿਲ ਹੋ ਗਏ ਜਿਨ੍ਹਾਂ ਨੇ ਲਹਿਰ ਨੂੰ ਬਦਨਾਮ ਕਰਤਾ। ਉਹ ਕਹਿਣਗੇ ਲਹਿਰ ਹੀ ਲੁਟੇਰਿਆਂ ਦੀ ਸੀ। ਸੋ ਇਹ ਗੱਲਾਂ ਜਾ ਰਹੀਆਂ। ਸੋ ਸਰਦਾਰ ਜਗਜੀਤ ਸਿੰਘ ਨੇ ਮਤਲਬ ਮੈਨੂੰ 1996 ਦੇ ਵਿੱਚ ਬੁਲਾਇਆ ਆਪਣੇ ਕੋਲ। ਉਹ ਚੰਡੀਗੜ੍ਹ ਰਹਿੰਦੇ ਸੀ। ਉਸ ਤੋਂ ਪਹਿਲਾਂ ਮੈਂ ਕੋਈ ਕਿਤਾਬ ਨਹੀਂ ਸੀ ਲਿਖੀ। ਮੈਂ ਅਖਬਾਰਾਂ 'ਚ ਲੇਖ ਜ਼ਰੂਰ ਲਿਖ ਲੈਂਦਾ ਸੀ ਛੋਟੇ ਮੋਟੇ, ਅਤੇ ਜਾਂ ਅਸੀਂ ਇੱਕ ਆਪਦਾ ਪਰਚਾ ਕੱਢਦੇ ਰਹੇ ਜਿਨ੍ਹਾਂ 'ਚ ਖਾੜਕੂ ਲਹਿਰ ਚੱਲੀ, ਜਨਤਕ ਪਗਾਮ, ਮਹੀਨੇ ਵਾਰ ਪਰਚਾ ਸੀ। ਉਹਦੇ ਵਿੱਚ ਲਗਾਤਾਰ ਕੁਛ ਨਾ ਕੁਛ ਲਿਖਦੇ ਰਹਿੰਦੇ ਸੀ। ਹੁਣ ਲੇਖ ਲਿਖਣਾ ਹੋਰ ਗੱਲ ਹੈ, ਕਿਤਾਬ ਲਿਖਣੀ ਬਿਲਕੁਲ ਹੀ ਹੋਰ ਗੱਲ ਹੈ। ਮੇਰਾ ਕੋਈ ਤਜਰਬਾ ਨਹੀਂ ਸੀ। ਉਹਨੇ ਮੈਨੂੰ ਮਤਲਬ ਉਹਨਾਂ ਨੇ ਬੁਲਾਇਆ, ਬਜ਼ੁਰਗ ਸੀਗੇ ਉਹ, ਅਤੇ ਉਦੋਂ ਉਹ ਤਾਂ ਸਾਲ ਕੁ ਬਾਅਦ ਹੀ ਉਹ ਤਾਂ ਫਿਰ ਪੂਰੇ ਹੋ ਗਏ ਸੀ। ਪਰ ਮੈਨੂੰ ਇਹ ਕਿਹਾ ਵੀ ਇਹ ਜਿਹੜੀ ਜੰਗ ਹੋਈ ਹੈ ਸਾਡੀ ਇਸ ਸਦੀ ਦੇ ਵਿੱਚ, ਜਿਹੜਾ ਦਰਬਾਰ ਸਾਹਿਬ ਦੀ ਰੱਖਿਆ ਲਈ ਲੜਦੇ ਜਿਵੇਂ ਸਿੰਘ ਸ਼ਹੀਦ ਹੋਏ, ਜਿਸ ਜਜ਼ਬੇ ਨਾਲ ਲੜੇ, ਉਹ ਜਜ਼ਬਾ ਜੇ ਲੋਕਾਂ ਅਸੀਂ ਆਪਦਾ ਸੰਭਾਲ ਨਾ ਸਕੇ, ਦੱਸ ਨਾ ਸਕੇ, ਅਸੀਂ ਦੱਸੀਏ ਵੀ ਇਹ ਲੜਾਈ ਕੀ ਸੀ ਅਤੇ ਕਿਵੇਂ ਹੋਈ ਅਤੇ ਸਿੰਘ ਕਿਵੇਂ ਲੜੇ। ਦੁਸ਼ਮਣ ਦੱਸੀ ਜਾ ਰਿਹਾ ਆਪਦੇ ਵੱਲੋਂ ਕਿੰਨਾ ਝੂਠ, ਉਹਦੇ ਵਿੱਚ ਕਿੰਨਾ ਰਲਾ ਪਾ ਕੇ ਉਹ ਸਾਰੀਆਂ ਗੱਲਾਂ ਲਿਜਾ ਰਿਹਾ। ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਹੁਣ ਆਪਾਂ ਨੂੰ ਤਾਂ ਪਤਾ ਆਪਣੀਆਂ ਅੱਖਾਂ ਸਾਹਮਣੇ ਹੋਇਆ, ਜਦੋਂ ਆਪਾਂ ਨਾ ਰਹੇ ਅਗਲੀਆਂ ਪੁਸ਼ਤਾਂ ਆਉਣਗੀਆਂ। ਉਹਨਾਂ ਨੇ ਤਾਂ ਉਹਨਾਂ ਦਾ ਪੜ੍ਹ ਪੜ੍ਹ ਕੇ ਇੱਕ ਆਪਦਾ ਮਨ ਬਣਾਉਣਾ ਨਾ, ਅਤੇ ਇਸ ਕਰਕੇ ਆਪਾਂ ਨਾਲ ਇਹ ਫਰਜ਼ ਬਣਦਾ ਕਿਉਂਕਿ ਅਸੀਂ ਚਸ਼ਮਦੀਦ ਗਵਾਹ ਹਾਂ, ਅਸੀਂ ਅੱਖਾਂ ਨਾਲ ਦੇਖਿਆ, ਅਸੀਂ ਉਸ ਅਮਲ 'ਚੋਂ ਲੰਘੇ ਹਾਂ, ਅਤੇ ਸਾਡਾ ਇਹ ਫਰਜ਼ ਬਣਦਾ ਕਿ ਆਪਾਂ ਸੱਚ ਬਿਆਨ ਕਰ ਜਾਈਏ ਇੱਕ ਵਾਰ ਕਿ ਅਸਲ ਗੱਲ ਕੀ ਸੀ। ਅਤੇ ਮੈਨੂੰ ਉਹਨੇ ਮਤਲਬ ਕਿਹਾ ਵੀ ਤੂੰ ਜੇ ਕਰ ਸਕਦਾ ਤਾਂ ਦੱਸ। ਸੋ ਸੱਚੀ ਗੱਲ ਹੈ, ਮੇਰਾ ਤਾਂ ਇੰਨਾ ਹੌਂਸਲਾ ਨਹੀਂ ਸੀ। ਮੈਂ ਕਿਹਾ ਜੀ ਮੈਂ ਤਾਂ ਕਦੇ ਕਿਤਾਬ ਲਿਖੀ ਨਹੀਂ, ਅਤੇ ਨਾਲੇ ਮੈਂ ਤਾਂ ਪਹਿਲਾਂ ਕੌਮਨਿਸਟ ਰਿਹਾ, ਅਤੇ ਮੈਨੂੰ ਇਹ ਧਰਮ ਵਾਲਾ ਮਾਮਲਾ ਜਾਂ ਇਸ ਸਿੱਖੀ ਬਾਰੇ ਮੈਂ ਲਿਖ ਸਕੂੰ ਨਹੀਂ ਲਿਖ ਸਕੂੰ, ਅਤੇ ਕਿਤਾਬ ਲਿਖਣੀ ਬਹੁਤ ਵੱਡੀ ਗੱਲ ਹੈ, ਮੇਰਾ ਹੌਂਸਲਾ ਨਹੀਂ ਸੀ ਪੈਂਦਾ। ਚਲੋ ਉਹਨਾਂ ਨੇ ਫਿਰ ਵੀ ਮੇਰੇ 'ਤੇ ਜ਼ੋਰ ਪਾਇਆ, ਅਤੇ ਮੈਂ ਉਹਨਾਂ ਦਾ ਸਤਿਕਾਰ ਬਹੁਤ ਕਰਦਾ ਸੀ, ਅਤੇ ਮੈਥੋਂ ਨਾਂਹ ਨਾ ਹੋਈ। ਪਰ ਜਦੋਂ ਉਹਨਾਂ ਨੂੰ ਮੈਂ ਹਾਂ ਕਹਿ ਕੇ ਆਇਆ ਤਾਂ ਮੈਂ ਬਹੁਤ ਡਰਿਆ ਹੋਇਆ ਸੀ ਅੰਦਰੋਂ ਵੀ ਉਹਨਾਂ ਨੂੰ ਜੋ ਮੇਰੇ 'ਤੇ ਉਮੀਦਾਂ ਮੈਥੋਂ ਪੂਰੀਆਂ ਨਹੀਂ ਹੋਣੀਆਂ, ਮੈਂ ਕਰੂੰ ਕਿਵੇਂ। ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਸਨੋਪਸਿਸ ਲਿਖ ਕੇ ਲਈ, ਜਦੋਂ ਹੁਣ ਮਿਲੇਗਾ ਵੀ ਕੁਛ ਦਿਨਾਂ ਤੱਕ ਫਿਰ ਮੈਂ ਦੇਖੂੰਗਾ। ਉਹ ਮੈਂ ਜਦੋਂ ਸਨੋਪਸਿਸ ਲਿਖ ਕੇ ਗਿਆ, ਜਿਵੇਂ ਬੱਚਾ ਮਾਸਟਰ ਨੂੰ ਕੁਛ ਦਿਖਾਉਣ ਜਾਂਦਾ ਹੁੰਦਾ ਨਾ, ਡਰਦਾ ਡਰਦਾ, ਮੇਰੀ ਉਦੋਂ ਅਵਸਥਾ ਇਸ ਕਿਸਮ ਦੀ ਸੀ। ਚਲੋ ਉਹ ਫਿਰ ਡਿੱਗ ਪਏ ਕਿਤੇ, ਬਾਥਰੂਮ 'ਚ ਚੂਲਾ ਟੁੱਟ ਗਿਆ, ਆਪਰੇਸ਼ਨ ਹੋਇਆ,
ਅਤੇ ਦਿਨਾਂ ਦੇ ਵਿੱਚ ਹੀ ਕਿਤੇ ਪੂਰੀ ਹੋ ਗਈ। ਪਰ ਉਹਨਾਂ ਦੇ ਕਹੇ ਹੋਏ ਸ਼ਬਦ ਵੀ ਇਹ ਹੁਣ ਸਾਡਾ ਫਰਜ਼ ਬਣਦਾ, ਇਸ ਫਰਜ਼ ਤੋਂ ਨਾ ਭੱਜੇ, ਉਹ ਦਬਾਅ ਮੇਰੇ ਉੱਤੇ ਇੱਕ ਜਿਹੜਾ ਨਾ ਅਹਿਸਾਸ ਵੀ ਹੁਣ ਜੋ ਉਹਨਾਂ ਨਾਲ ਇਕਰਾਰ ਕੀਤਾ ਉਹ ਪੂਰਾ ਕਰਨਾ। ਸੱਚੀ ਪਹਿਲੀ ਕਿਤਾਬ ਮੈਂ ਬਹੁਤ ਔਖੇ ਹੋ ਕੇ ਲਿਖੀ, ਮੇਰਾ ਕੋਈ ਤਜਰਬਾ ਨਹੀਂ ਸੀ, ਅਭਿਆਸ ਨਹੀਂ ਸੀ ਕਿਤਾਬ ਕਿਵੇਂ ਲਿਖੀ ਦੀ ਹੈ। ਚਲੋ ਕਰਦੇ ਕਰਦੇ ਅੰਦਰ ਅੰਦਰ ਜਜ਼ਬਾਤ ਤਾਂ ਪਏ ਸੀਗੇ, ਚਲੋ ਵਾਹਿਗੁਰੂ ਨੇ ਇੰਨਾ ਕੁ ਵੀ ਮੇਰੇ 'ਤੇ ਕਿਰਪਾ ਕੀਤੀ ਆ ਵੀ ਸ਼ਬਦ ਜੋੜਨ ਦਾ ਵੀ ਯੋਗਤਾ ਦਿੱਤੀ। ਉਹ ਕਿਤੇ ਖੂਨ 'ਚ ਆਈ ਹੋਈ ਸੀ ਸਾਡੇ ਨਾ, ਕਿਉਂਕਿ ਮੇਰੇ ਪਿਤਾ ਜੀ ਨੇ ਵੀ ਕਾਫੀ ਕੁਛ ਲਿਖਿਆ ਹੋਇਆ ਸੀ। ਚਲੋ ਮੇਰੀ ਜਦੋਂ ਅਸੀਂ ਕਿਤਾਬ ਲਿਖੀ ਉਸ ਮੌਕੇ ਜੋ ਮਾਹੌਲ ਸੀ ਤੁਹਾਨੂੰ ਉਹ ਨਹੀਂ ਪਤਾ। ਉਦੋਂ ਸਾਨੂੰ ਐਂ ਸੀ ਵੀ ਜੇ ਇਹਨੂੰ 100 ਬੰਦਾ ਵੀ ਪੜ੍ਹ ਜਾ ਪੰਜਾਬ 'ਚ ਸਾਡੀ ਮਿਹਨਤ ਸਫਲ ਹੈ, ਜੇ 100 ਬੰਦਾ ਵੀ ਪੜ੍ਹ ਜੇ। ਉਦੋਂ ਆ ਅੱਜ ਵਰਗਾ ਮਾਹੌਲ ਨਹੀਂ ਸੀ ਅਤੇ ਇੱਕ ਮੈਨੂੰ ਜਾਣਦਾ ਕੋਈ ਨਹੀਂ ਸੀ, ਟੋਟਲੀ ਅਨਨੋਨ, ਕਿਸੇ ਨੂੰ ਨਹੀਂ ਸੀ ਪਤਾ ਕੌਣ ਆ ਅਜਮੇਰ ਸਿੰਘ। ਅਤੇ ਮੈਂ ਤਾਂ ਅੰਡਰਗਰਾਊਂਡ ਹੀ ਸੀ ਉਦੋਂ। ਸੋ ਪਬਲਿਸ਼ਰ ਵੀ ਕਹਿੰਦਾ ਸੀ ਵੀ ਇਹਨੂੰ ਇਹ ਵਿਕਣੀ ਨਹੀਂ ਕਿਤਾਬ, ਵੀ ਐਡੀ ਵੱਡੀ ਕਿਤਾਬ ਹੈ 500 ਤੋਂ ਵੱਧ ਸਫ਼ਾ, ਇੰਨਾ ਬੋਝਲ ਵਿਸ਼ਾ, ਕੋਈ ਨਾਵਲ ਕਹਾਣੀ ਹੋਵੇ ਫਿਰ ਵੀ ਬੰਦੇ ਪੜ੍ਹ ਲੈਂਦੇ ਨੇ। ਉਦੋਂ ਉਹਨੂੰ ਜੋ ਲੱਗਦਾ ਸੀਗਾ ਵੀ ਐਡੀ ਇਸ ਕਿਤਾਬ ਦੇ ਬਹੁਤੇ ਗਾਹਕ ਨਹੀਂ ਮਿਲਣਗੇ। ਅਤੇ 5-4 ਸਾਲਾਂ 'ਚ ਚੱਲੋ 1000 ਕਾਪੀ ਅਸੀਂ ਛਪਾਈ, ਵੀ 5-4 ਸਾਲਾਂ 'ਚ ਹੌਲੀ ਹੌਲੀ ਵਿਕ ਜੂ। ਅਸੀਂ ਇੰਨੇ ਹੈਰਾਨ ਹੋਏ, ਤੁਸੀਂ ਵੀ ਹੁਣ ਹੈਰਾਨ ਹੋਵੋਗੇ, ਦਿਨਾਂ ਦੇ ਅੰਦਰ ਹੀ ਉਹ ਕਿਤਾਬ ਮੁੱਕ ਗਈ ਸੀ। ਇਹ ਗੱਲ ਸਮਝ ਨਾ ਆਵੇ, ਹੁਣ ਉਹਦਾ ਪਬਲਿਸ਼ਰ ਦਾ ਵੀ ਕਾਬ ਦਾ ਜ਼ਿੰਦਗੀ ਦਾ ਤਜਰਬਾ ਪਿਆ ਸੀ, ਉਹ ਕਹਿੰਦਾ ਕਦੇ ਵੀ ਨਹੀਂ ਐਂ ਹੋਇਆ ਵੀ ਇੱਕ ਅਜਿਹਾ ਲੇਖਕ ਜਿਹਨੂੰ ਮੈਂ ਵੀ ਨਹੀਂ ਜਾਣਦਾ, ਕੋਈ ਵੀ ਨਹੀਂ ਜਾਣਦਾ, ਅਤੇ ਉਹਦੀ ਕਿਤਾਬ ਆਵੇ ਅਤੇ ਦਿਨਾਂ ਦੇ ਵਿੱਚ ਹੀ ਮੁੱਕ ਜੇ। ਉੱਥੋਂ ਫਿਰ ਅਸੀਂ ਬੁੱਝਿਆ ਵੀ ਕੌਮ ਭਾਵੇਂ ਚੁੱਪ ਹੈ, ਕਈ ਵਾਰ ਚੁੱਪ ਦੇ ਵਿੱਚ ਹੀ ਬਹੁਤ ਕੁਛ ਪਿਆ ਹੁੰਦਾ। ਕੌਮ ਦੇ ਅੰਦਰ ਤੜਪ ਸੀ ਵੀ ਦੁਸ਼ਮਣ ਆਪਦੀਆਂ ਗੱਲਾਂ ਕਰੀ ਜਾਂਦਾ, ਵਾਰ ਵਾਰ ਲਿਜਾ ਰਿਹਾ, ਸਾਡੀ ਵੀ ਤਾਂ ਕੋਈ ਗੱਲ ਕਰਨ ਵਾਲਾ ਹੋਵੇ ਨਾ। ਉਹਨਾਂ ਨੇ ਨਹੀਂ ਦੇਖਿਆ ਲੇਖਕ ਕੌਣ ਹੈ, ਨਾਂ ਕੀ ਹੈ, ਉਹ ਪਹਿਲਾਂ ਕਮਿਊਨਿਸਟ ਰਿਹਾ ਕਿ ਕੀ ਰਿਹਾ, ਲੋਕਾਂ ਨੇ ਨਹੀਂ ਦੇਖਿਆ। ਉਹ ਤਾਂ ਜਦੋਂ ਕਿਤਾਬ ਬਾਰੇ ਚਰਚਾ ਚੱਲ ਗਈ ਇੱਕ ਮੂੰਹੋਂ ਮੂੰਹੀ ਇੱਕ ਦੂਜੇ ਨੂੰ, ਸੋ ਇਹਦੇ 'ਚ ਮੇਰੀ ਵਡਿਆਈ ਨਹੀਂ ਵੀ ਕੌਮ ਤੁਸੀਂ ਦੇਖੋ ਕਿੱਥੇ ਬੈਠੀ ਸੀ ਵੀ ਆਵੇ ਕੋਈ ਸਾਡਾ ਆਪਦੀ ਗੱਲ ਕਰਨ ਵਾਲਾ। ਉਹ ਤੜਪ ਸੀ ਕੌਮ ਦੀ, ਉਹ ਦਰਦ ਸੀਗੀ, ਉਹ ਇੱਕ ਭਾਵਨਾ ਕੌਮ ਦੀ ਸੀ, ਉਹ ਅੱਜ ਤੱਕ ਬਰਕਰਾਰ। ਇੰਨਾ ਲੰਮਾ ਸਮਾਂ ਅਤੇ ਇਹ ਸਾਰੇ ਪੀੜ 'ਚ ਤੁਸੀਂ ਦੇਖੋ ਸਾਡੇ ਨਾਲ ਵਿਸ਼ਵਾਸਘਾਤ ਕਿੰਨੇ ਹੋਏ ਹੈ, ਕਦੇ ਕਿਸੇ 'ਤੇ ਉਮੀਦ ਵੱਜੀ ਮੁੜ ਕੇ ਨਿਕਲੇ ਉਹ ਕੁਛ ਨਹੀਂ ਨਿਕਲਿਆ। ਆਪਾਂ ਦੇਖਿਆ ਕਿੱਡੇ ਕਿੱਡੇ ਚੱਬਿਆ ਦਾ ਜਿਹੜਾ ਉਹ ਸੀਗਾ ਵੱਡਾ ਸਰਬੱਤ ਖਾਲਸਾ, ਉਹਦੇ 'ਚੋਂ ਕੀ ਨਿਕਲਿਆ, ਜਾਂ ਹੋਰ ਕਿੰਨੇ ਮੋਰਚੇ ਸੰਘਰਸ਼ ਸਾਰਿਆਂ 'ਚੋਂ। ਪਰ ਇਹ ਨਹੀਂ ਵੀ ਲੋਕ ਟੇਕ ਕੇ ਬੈਠ ਗਏ, ਹੁਣ ਇੱਕ ਧੋਖਾ ਖਾਧਾ ਨਵੀਂ ਉਮੀਦ ਵੱਜ ਗਈ, ਫਿਰ ਕੁਛ ਹੋਇਆ ਫਿਰ ਨਵੀਂ, ਕਿਉਂਕਿ ਲੜਨਾ ਕੌਮ ਦੀ ਲੋੜ ਹੈ, ਕੌਮ ਦੇ ਅੰਦਰੋਂ ਦਰਦ ਪਿਆ ਅਤੇ ਜਿੰਨਾ ਚਿਰ ਇਨਸਾਫ ਨਹੀਂ ਮਿਲੂ ਅਤੇ ਕੌਮ ਦੀ ਅੱਜ ਹਾਲਤ ਹੈ ਕਿ ਉਹ ਨਹੀਂ ਟੇਕ ਕੇ ਬੈਠਣ। ਅਤੇ ਇਹਨਾਂ ਨੇ ਇਨਸਾਫ ਤਾਂ ਕੀ ਦੇਣਾ ਸੀ, ਇਹ ਤਾਂ ਲਗਾਤਾਰ ਹੋਰ ਆ, ਖਾਸ ਕਰਕੇ ਹੁਣ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੈ, ਇਹਨੇ ਮੈਂ ਦੇਖਿਆ ਬਹੁਤ ਫਰਕ ਪਾਇਆ, ਬਹੁਤ ਬਦਲਤੇ ਬੰਦੇ।
ਜਿਹੜੇ ਇੱਥੇ ਨਵੇਂ ਨੌਜਵਾਨ ਆਏ, ਮੁੰਡੇ ਕੁੜੀਆਂ ਆਏ, ਉਹ ਤਾਂ ਆਪਦਾ ਇੱਕ ਨਵੀਂ ਜ਼ਿੰਦਗੀ ਦੇ ਇੱਧਰਲੇ ਦੁਨੀਆਂ ਦੇ ਖਿੱਚ ਸੀ ਉਹਨਾਂ ਨੂੰ ਵੀ ਵਧੀਆ ਕਾਰ ਹੈ। ਸੋ ਹੁਣ ਮੈਨੂੰ, ਮੈਂ ਤਕਰੀਬਨ ਜਿੱਥੇ ਵੀ ਗਿਆ, ਅਮਰੀਕਾ 'ਚ ਵੀ ਮੈਂ ਗਿਆ, ਕਨੇਡਾ 'ਚ ਵੀ ਥਾਂ ਥਾਂ ਗਿਆ, ਉਹਦੇ 'ਚ ਮੈਂ ਇੱਕ ਗੱਲ ਦੇਖ ਰਿਹਾ ਵੀ ਦੀਪ ਸਿੱਧੂ ਦਾ ਮਾਮਲਾ, ਕੌਮ ਨੇ ਜਿਵੇਂ ਉਹਨੂੰ ਪਿਆਰ ਕੀਤਾ, ਉਹ ਬਹੁਤ ਹੀ ਅਜੀਬ ਗੱਲ ਆ ਵੀ ਨਾ ਉਹਦਾ ਸਰੂਪ ਕੋਈ, ਦੈਟ ਵੀ ਆਪਾਂ ਕਹੀਏ ਨਾ ਵੀ ਬਾਣਾ ਕੋਈ ਨਹੀਂ, ਉਹਨੂੰ ਜਿਵੇਂ ਪ੍ਰਵਾਨ ਕੀਤਾ ਕੌਮ ਨੇ, ਉਹ ਕੋਈ ਵੱਡੀ ਗੱਲ ਹੈ। ਕਈ ਵਾਰ ਚੱਲਦੀ ਲੀਹ ਤੋਂ ਪਾਸੇ ਵੀ ਕੁਛ ਗੱਲਾਂ ਵਾਪਰਦੀਆਂ ਜਿਹੜੀਆਂ ਉਸ ਮੌਕੇ ਸਮਝ ਨਹੀਂ ਆਉਂਦੀਆਂ। ਉਹੀ ਗੱਲ ਵਾਹਿਗੁਰੂ ਨੇ ਕੀ ਤੋਂ ਕਿਸ ਰੂਪ 'ਚ ਸੇਵਾ ਲੈਣੀ ਹੈ, ਅਸੀਂ ਤਾਂ ਆਪਦੀ ਮੱਤ ਮੁਤਾਬਕ ਧਾਰਨਾਵਾਂ ਜੀਆਂ ਬਣਾ ਲੈਂਦੇ ਹਾਂ, ਉਹਦੇ 'ਚ ਹੀ ਬੰਦੇ ਨੂੰ ਜਾਂ ਪ੍ਰਵਾਨ ਜਾਂ ਰੱਦ ਕਰ ਦਿੰਦੇ ਹਾਂ। ਸੋ ਵੱਧ ਵਾਹਿਗੁਰੂ ਨੂੰ ਪਤਾ ਹੁੰਦਾ ਵੀ ਕੀ ਤੋਂ ਕਿਸ ਰੂਪ ਦੇ ਵਿੱਚ ਚੁਣੇ। ਸੋ ਕਿਸਾਨ ਅੰਦੋਲਨ ਦੀ ਬੀਬੀ ਗੁਰਲੀਨ ਕੌਰ ਨੇ ਗੱਲ ਕੀਤੀ ਸੀ, ਮੇਰਾ ਖਿਆਲ ਉਦੋਂ ਬਹੁਤ ਛੋਟੀ ਹੋਊ, ਇਹ ਉਹੀ 11ਵੀਂ 12ਵੀਂ 'ਚ ਪੜ੍ਹਦੇ ਬੱਚੇ, ਉੱਥੇ ਸਕੂਲਾਂ 'ਚ ਪੜ੍ਹਦੇ ਬੱਚੇ ਜਦੋਂ ਗਏ। ਹੁਣ ਕਿਸਾਨ ਅੰਦੋਲਨ ਜਿਵੇਂ ਕਿਸਾਨ ਜਥੇਬੰਦੀਆਂ ਪੇਸ਼ ਕਰ ਰਹੀਆਂ, ਉਹ ਗੱਲ ਨਹੀਂ ਸੀ ਕਰਨੀ, ਉਹ ਤਾਂ ਐਕਚੁਲੀ ਜਿਹੜਾ ਕੌਮ ਦਾ ਇੱਕ ਜਜ਼ਬੇ ਦੀ ਛਲ ਉੱਠੀ ਸੀ, ਉਹਨਾਂ ਨੂੰ ਇੱਕ ਮੌਕਾ ਮਿਲਿਆ। ਤੁਸੀਂ ਇਹ ਦੇਖੋ ਕਦੋਂ ਉਹਦੇ 'ਚ ਵੱਡਾ ਉਭਾਰ ਆਇਆ, ਪੰਜਾਬ 'ਚ ਚੱਲੀ ਜਾ ਰਿਹਾ ਸੀ ਉਦੋਂ, ਉਹ ਇੰਨੀ ਸਾਡੀ ਇਮੈਜੀਨੇਸ਼ਨ ਕੈਚ ਨਹੀਂ ਸੀ ਕਰ ਰਿਹਾ ਬੰਦਿਆਂ 'ਤੇ। ਜਿੱਦੇ 26 ਨਵੰਬਰ ਨੂੰ ਸੱਦਾ ਆ ਗਿਆ ਵੀ ਦਿੱਲੀ ਚੱਲੋ, ਜਿੱਦੇ ਦਿੱਲੀ ਚੱਲਣ ਦੀ ਗੱਲ ਆ ਗਈ ਅਤੇ ਦਿੱਲੀ ਨੂੰ ਤੁਰ ਫੇ ਕਾਫਲੇ ਬੈਰੀਅਰ ਬਣਦੇ ਹੋਏ, ਉਹ ਇੱਕ ਮੋੜ ਵੱਡਾ ਆਇਆ, ਕਿਉਂਕਿ ਦਿੱਲੀ ਸਿੱਖਾਂ ਵਾਸਤੇ ਜ਼ੁਲਮ ਦਾ ਪ੍ਰਤੀਕ ਹੈ, ਦਿੱਲੀ ਦਾ ਤਖ਼ਤ, ਅਤੇ ਅਕਾਲ ਤਖ਼ਤ ਅਤੇ ਦਿੱਲੀ ਦਾ ਤਖ਼ਤ ਐਕਚੁਲੀ ਤਾਂ ਉਹਦੇ 'ਚ ਟੱਕਰ ਦੇ ਰੂਪ 'ਚ ਸਿੱਖ ਦੇਖ ਰਹੇ ਸੀ। ਫਿਰ ਕੋਈ ਕਿਤੇ ਵੀ ਬੈਠਾ, ਕਿਸਾਨਾਂ ਦੀਆਂ ਮੰਗਾਂ ਕੀ ਨੂੰ, ਕਾਨੂੰਨ ਕੀ ਨੂੰ, ਉਹ ਗੱਲਾਂ ਪਾਸੇ ਹੋ ਗਈਆਂ ਸੀ। ਫਿਰ ਤਾਂ ਉਹ ਇੱਕ ਸਿੱਖ ਜਜ਼ਬਾ ਪ੍ਰਗਟ ਹੋਇਆ, ਅਤੇ ਦੀਪ ਸਿੱਧੂ ਇੱਕ ਬਿਲਕੁਲ ਹੀ ਨਵਾਂ ਬੰਦਾ, ਦਿੱਲੀ ਤੋਂ ਆਇਆ ਐਕਟਰ ਹੈ, ਕੋਈ ਜਾਣਦਾ ਵੀ ਨਹੀਂ, ਉਹ ਦਿਨਾਂ 'ਚ ਹੀ ਇੰਨਾ ਮਕਬੂਲ ਕਿਉਂ ਹੋ ਗਿਆ? ਉਹ ਉਹੀ ਗੱਲ ਕਿ ਉਸ ਮੌਕੇ ਜੋ ਕੌਮ ਦੀ ਭਾਵਨਾ ਸੀ, ਜੋ ਜਜ਼ਬਾਤ ਸੀ, ਉਹਨੂੰ ਉਹਨੇ ਸ਼ਬਦ ਦੇ ਦਿੱਤੇ। ਜਦੋਂ ਬੋਲਿਆ ਹਰ ਇੱਕ ਨੂੰ ਲੱਗਿਆ ਵੀ ਆਹ ਤਾਂ ਸਾਡਾ, ਆਹ ਤਾਂ ਸਾਡੀ ਗੱਲ ਕਰ ਰਿਹਾ। ਉਹਦੇ ਨਾਲ ਇੱਕ ਇਸ ਕਿਸਮ ਦਾ ਲਗਾ ਕੌਮ ਦਾ ਬਣ ਗਿਆ। ਫਿਰ ਉਹਤੇ ਜਿਸ ਕਿਸਮ ਦਾ ਪਹਿਲਾਂ ਉਹਨੂੰ ਭੰਡੀ ਪ੍ਰਚਾਰ ਦੀ ਮੁਹਿੰਮ ਜਿਵੇਂ ਚੱਲੀ, ਮੈਂ ਇਸ ਆਪਣੇ ਜੀਵਨ 'ਚ ਕਿਸੇ ਇੱਕ ਵਿਅਕਤੀ ਦੇ ਖਿਲਾਫ ਇੰਨੀ ਬਦਨਾਮੀ ਕਰਨ ਵਾਸਤੇ ਜਿਹੜੀ ਮੁਹਿੰਮ ਚੱਲਦੀ ਹੁੰਦੀ ਹੈ, ਭਾਰਤ ਦਾ ਟੋਟਲ ਮੀਡੀਏ ਤੋਂ ਲੈ ਕੇ ਕਾਮਰੇਡਾਂ ਤੋਂ ਲੈ ਕੇ ਸਾਰਿਆਂ ਇਕੱਠੇ ਜਿਹੜੇ ਸਰਕਾਰ ਤੋਂ ਲੈ ਕੇ, ਕਿਹੜੀ ਸ਼ਕਤੀ ਹੈ ਜਿਹੜੀ ਨਹੀਂ ਹਰਕਤ 'ਚ ਆਈ, ਕਿੱਡਾ ਉਹਨੂੰ ਮਤਲਬ ਭੰਡਿਆ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਇੱਕ ਵਿਅਕਤੀ ਨੂੰ, ਇਹ ਬਹੁਤ ਘੱਟ ਕਿਤੇ ਹੋਇਆ। ਅਤੇ ਜਿਵੇਂ ਫਿਰ ਉਹਨੇ ਝੱਲਿਆ ਸਭ ਕੁਛ ਨੂੰ, ਅਤੇ ਉਹਦੇ 'ਚ ਹੋਰ ਨਿਖਰ ਕੇ ਸਾਹਮਣੇ ਆਇਆ, ਹੋਰ ਉਹਦਾ ਕੱਦ ਵੱਡਾ ਹੋਇਆ, ਮੁੜ ਕੇ ਫਿਰ ਆਪਦੇ ਆਖਰੀ ਸਮੇਂ ਤੱਕ ਜਦੋਂ ਉਹ ਮੁਹਿੰਮ 'ਚ ਸ਼ਾਮਿਲ ਹੋਇਆ, ਸਰਦਾਰ ਸਿਮਰਜੀਤ ਸਿੰਘ ਮਾਨ ਦੀ ਚੋਣ ਮੁਹਿੰਮ 'ਚ, ਉੱਥੇ ਜਿਵੇਂ ਉਹ ਜੋ ਕੁਛ ਉਹ ਤੁਸੀਂ ਦੇਖੀ ਹੋ, ਸ਼੍ਰੀ ਸਾਹਿਬ ਅਤੇ ਝਾੜੂ ਵਾਲੀ, ਉਹਦੀ ਉਹ ਇਮੇਜ ਕਿਵੇਂ ਲੋਕਾਂ ਦੇ ਮਨਾਂ 'ਤੇ
ਸੋ ਉਹ ਤਾਂ ਕੋਈ ਅਪਾਰ ਕਿਰਪਾ ਸੀ ਇਸ ਤਰ੍ਹਾਂ ਦੀ। ਫਿਰ ਉਹਦਾ ਇੱਕਦਮ ਸਾਥੋਂ ਚਲੇ ਜਾਣਾ ਆ, ਅਤੇ ਉਹ ਵੀ ਕੌਮ ਨੇ ਤਾਂ ਮਤਲਬ ਐਂ ਨਹੀਂ ਸੀ ਵੀ ਉਹ ਕੋਈ ਨੈਚੁਰਲ ਐਕਸੀਡੈਂਟ ਹੈ, ਇੱਕਦਮ ਹੀ, ਇਹ ਨਹੀਂ ਸੀ ਕਿਸੇ ਨੇ ਕਿਹਾ, ਸਾਰਿਆਂ ਨੂੰ ਇਹ ਲੱਗਿਆ ਕਿ ਸਾਥੋਂ ਖੋ ਲਿਆ, ਇਹ ਕਤਲ ਹੈ, ਜਿੱਥੋਂ ਨੂੰ ਫਿਰ ਸ਼ਹੀਦ ਕਰਾਰ ਦਿੱਤਾ ਗਿਆ। ਸੋ ਮੈਨੂੰ ਇਹ ਲੱਗਿਆ ਵੀ ਇਹ ਜਿਹੜਾ ਦੀਪ ਸਿੱਧੂ ਦਾ ਵਰਤਾਰਾ ਸਾਰਾ, ਜੇ ਇਹਦੇ ਬਾਰੇ ਸਾਡਾ ਸਹੀ ਪੱਖ ਲਿਖਤੀ ਰੂਪ 'ਚ ਨਾ ਗਿਆ ਹੁਣ ਭਵਿੱਖ ਵਿੱਚ ਕੀ ਆਪਣੀ ਉਮੀਦ ਹੋਣੀ ਚਾਹੀਦੀ ਹੈ ਜਾਂ ਉਸ ਵਰਤਾਰੇ ਨੂੰ ਕਿਵੇਂ ਦੇਖੀਏ? ਜਿਹੜਾ ਆਪਦੇ ਆਪ ਨੂੰ ਐਨ ਆਰ ਆਈ ਕਹਿਣਾ, ਮੇਰਾ ਖਿਆਲ ਇਹ ਬੰਦ ਕਰੋ ਥੋੜ੍ਹਾ ਜਿਹਾ, ਇਹ ਕਰ ਸਕਦੇ ਹੋ, ਕਿਉਂਕਿ ਜਦੋਂ ਤੁਸੀਂ ਆਪ ਹੀ ਵਾਰ ਵਾਰ ਆਪਦੇ ਆਪ ਨੂੰ ਐਨ ਆਰ ਆਈ ਡਿਫਾਈਨ ਕਰਨ ਲੱਗ ਗਏ ਨਾ, ਉਹ ਕਿਤੇ ਚੇਤਨਾ ਅਤੇ ਮਾਇੰਡ 'ਤੇ ਉਹ ਅੰਕਿਤ ਹੋ ਜਾਂਦਾ, ਉਹ ਟੁੱਟੋ ਉਸ ਚੀਜ਼ ਨੂੰ, ਕੋਈ ਨਵਾਂ ਨਾਂ ਦਿਓ ਆਪਦੇ ਆਪ ਨੂੰ, ਇਦੋਂ ਡੈਸਪੋਰਾ ਸਿੱਖ ਕਹਿ ਲਓ, ਹੈ ਨਾ, ਉਹ ਉਹਦੇ 'ਚ ਕਿਸੇ ਕੰਟਰੀ ਦਾ ਕੋਈ ਨਹੀਂ, ਕਿਤੋਂ ਵੀ ਆਪਾਂ। ਸੋ ਇਹ ਤਾਂ ਮੈਂ ਜਸਟ ਉਹ ਇੱਕ ਵੀ ਕਈ ਵਾਰ ਬੇਧਿਆਨੀ 'ਚ, ਕਿਉਂਕਿ ਮੈਂ ਜਦੋਂ ਪਹਿਲੀ ਵਾਰ ਇੱਥੇ ਆਇਆ ਸੀਗਾ 2003 'ਚ ਕਨੇਡਾ ਅਮਰੀਕਾ, ਮੈਂ ਬੜੀ ਗੱਲ ਦੇਖੀ ਬੰਦੇ ਜਦੋਂ ਇੰਟਰੋਡਿਊਸ ਕਰਵਾਉਂਦੇ ਆ ਵੀ ਇੰਡੀਆ ਤੋਂ ਆਏ ਸਰਦਾਰ ਅਜਮੇਰ ਸਿੰਘ, ਅਤੇ ਜਾਂ ਘਰਾਂ 'ਚ ਵੀ ਗੱਲਬਾਤ ਵੀ ਅੱਜ ਇੰਡੀਆ ਗੱਲ ਹੋਈ, ਇੰਡੀਆ 'ਚ ਵੀ ਮੀਂਹ ਪੈ ਗਿਆ, ਵੀ ਤੁਸੀਂ ਗੱਲ ਆਪਦੇ ਪਿੰਡ ਕਰ ਰਹੇ ਹੋ, ਹੈ ਨਾ, ਹਾਂ, ਜਾਂ ਤੁਸੀਂ ਜਦੋਂ ਮੈਨੂੰ ਇੰਟਰੋਡਿਊਸ ਕਰਾਉਣਾ, ਤੁਸੀਂ ਇਹ ਕਿਉਂ ਵੀ ਇੰਡੀਆ ਤੋਂ ਆਏ, ਘੱਟੋ ਘੱਟ ਪੰਜਾਬ ਤੋਂ ਨਹੀਂ ਫਿਰ ਖਾਲਸੇ ਦੀ ਜਨਮ ਭੂਮੀ ਤੋਂ ਆਏ, ਇਹ ਗੱਲਾਂ ਦਾ ਫਰਕ ਪੈਂਦਾ ਵਾ, ਪਤਾ ਨਹੀਂ ਲੱਗਦਾ ਚੇਤ ਤੌਰ 'ਤੇ ਜਦੋਂ ਇਹ ਮੈਂ ਕਹਿਣਾ ਜਿਹੜਾ ਫਰਕ ਪਾਇਆ ਨੈਰੇਟਿਵ ਦੇ, ਅਤੇ ਇੱਕ ਤਾਂ ਗੱਲ ਇਹ, ਦੂਜੀ ਗੱਲ ਜਿਹੜੀ ਹੈ ਕਿ ਖਾਲਿਸਤਾਨ ਲਈ ਤੁਸੀਂ ਕੀ ਕਰ ਸਕਦੇ ਹੋ, ਦੇਖੋ ਹੁਣ ਇਹ ਤਾਂ ਇੱਥੇ ਬੈਠੇ ਬੰਦੇ, ਕਿਉਂਕਿ ਮੈਂ ਤਾਂ ਕੁਛ ਦਿਨਾਂ ਵਾਸਤੇ ਆਉਣਾ, ਇੱਥੋਂ ਦੀਆਂ ਸਾਰੀਆਂ ਕੰਡੀਸ਼ਨਸ ਦਾ ਹਾਲਤਾਂ ਦਾ ਮੈਨੂੰ ਉਹਨਾਂ ਨਹੀਂ ਪਤਾ ਲੱਗ ਸਕਦਾ ਜਿੰਨਾ ਤੁਹਾਨੂੰ ਇੱਥੇ ਬੈਠਿਆਂ ਨੂੰ ਪਤਾ। ਸੋ ਮੈਨੂੰ ਤਾਂ ਇਹ ਲੱਗਦਾ ਵੀ ਇੱਕ ਤਾਂ ਨੈਰੇਟਿਵ ਦੀ ਲੈਵਲ ਦੇ ਉੱਤੇ ਵੀ ਇਹ ਅੱਜ ਦੀ ਦੁਨੀਆ 'ਚ ਨੈਰੇਟਿਵ ਇੱਕ ਬਹੁਤ ਵੱਡਾ ਹਥਿਆਰ ਹੈ, ਲੋਕਾਂ ਕੋਲ ਆਪਦੀ ਦੁਨੀਆ ਦੇ ਲੋਕਾਂ ਕੋਲ ਗੱਲ ਲਿਜਾਣੀ ਹੈ ਆਪਣੀ, ਤੁਹਾਨੂੰ ਇੱਥੇ ਮੌਕੇ ਵੀ ਹੈ ਅਤੇ ਫੋਰਮ ਵੀ ਹੈਗੇ ਆ, ਉਹਨਾਂ ਮੌਕਿਆਂ 'ਤੇ ਉਹ ਫੋਰਮ ਦੀ ਪੂਰੀ ਮਦਦ ਕਰੋ, ਆਪਣਾ ਉਹਨੂੰ ਉਹਦੀ ਵਰਤੋਂ ਕਰੋ। ਦੂਜੀ ਗੱਲ, ਕੋਈ ਵੀ ਅਜਿਹੀ ਕਾਰਵਾਈ ਜਾਂ ਹਰਕਤ ਨਹੀਂ ਹੋਣੀ ਚਾਹੀਦੀ ਜਿਹਦੇ 'ਚ ਸਾਡਾ ਹੌਲਾ ਪ੍ਰਭਾਵ ਪਏ। ਠੀਕ ਹੈ, ਗੁੱਸਾ ਹੁੰਦਾ, ਸਭ ਕੁਛ ਹੁੰਦਾ, ਆਪਦੇ ਜਿਹੜੇ ਸੈਂਟੀਮੈਂਟ ਵੀ ਜ਼ਾਹਰ ਕਰਨੇ ਨੇ ਉਹ ਵੀ ਇੱਕ ਤਹਿਜੀਬ ਦੇ ਦਾਇਰੇ 'ਚ ਰਹਿ ਕੇ ਕੀਤੇ ਜਾਣ, ਕਈ ਵਾਰ ਉਹਦੇ 'ਚ ਬੜਾ ਹੌਲਾਪਣ ਜਾ ਜਾਂਦਾ, ਤਾਂ ਉਹਦੇ ਨਾਲ ਫਿਰ ਸਾਡਾ ਜਿਹੜਾ ਕਾਜ ਹੈ ਨਾ, ਹੁੰਦੇ ਕੁਛ ਬੰਦੇ ਨੇ ਇਹ ਜਿਹੇ ਕਰਨ ਵਾਲੇ, ਪਰ ਉਹਦਾ ਪ੍ਰਭਾਵ ਬੜਾ ਪੈਂਦਾ। ਸੋ ਤੁਹਾਨੂੰ ਹੌਲੀ ਹੌਲੀ ਇੱਥੇ ਇਸ ਤਰ੍ਹਾਂ ਕੁਛ ਇੰਤਜ਼ਾਮ ਕਰਨੇ ਪੈਣਗੇ ਕਿ ਸਭ ਕੁਛ ਇੱਕ ਜਾਬ 'ਤੇ 'ਚ ਰਹਿ ਕੇ ਕੀਤਾ ਜਾਵੇ,
ਅਤੇ ਕੋਈ ਇਹੀ ਜਿਹੀ ਹਰਕਤ, ਕੋਈ ਇਹੀ ਜਿਹਾ ਨਾਰਾ, ਕੋਈ ਇਹੀ ਜਿਹੀ ਗੱਲ ਜਿਹਦੇ ਨਾਲ ਸਾਡਾ ਹੌਲਾ ਪ੍ਰਭਾਵ ਬਣੇ, ਉਹ ਨਹੀਂ ਬਣਨਾ ਚਾਹੀਦਾ। ਕਈ ਵਾਰ ਅਸੀਂ ਨਾ ਆਪਣੀਆਂ ਭਾਵਨਾਵਾਂ ਦੇ ਪ੍ਰਗਟਾਵ ਵਾਸਤੇ ਬੜੇ ਸਾਧਨ ਹੋਰ ਤਰ੍ਹਾਂ ਦੇ ਵਰਤਣ ਲੱਗ ਜਾਂਦੇ ਹਾਂ। ਸੋ ਮਨ 'ਤੇ ਕੰਟਰੋਲ ਬਹੁਤ ਜ਼ਰੂਰੀ ਹੈ ਲੜਨ ਵਾਸਤੇ। ਗੁੱਸਾ ਸਾਰਿਆਂ ਨੂੰ ਹੁੰਦਾ ਅੰਦਰ, ਭਾਵਨਾਵਾਂ ਸਾਰਿਆਂ ਦੀਆਂ ਹੁੰਦੀਆਂ, ਪਰ ਉਹ ਪ੍ਰਗਟ ਕਿਵੇਂ ਕਰਨੀਆਂ ਉਹ ਇੱਕ ਮਰਿਆਦਾ 'ਚ ਹੈ। ਇਹੀ ਸਾਨੂੰ ਗੁਰੂਆਂ ਨੇ ਦੱਸੀ, ਸਾਡੇ ਜੀਵਨ ਮਰਿਆਦਾ 'ਚ ਕਿਵੇਂ ਹੈ, ਹਰ ਮਾਮਲੇ, ਪਰਿਵਾਰ ਤੋਂ ਲੈ ਕੇ ਨਿੱਜੀ ਜੀਵਨ ਤੱਕ ਅਤੇ ਕੌਮੀ ਜੀਵਨ 'ਚ ਵੀ। ਸੋ ਲੜਨ ਵੇਲੇ ਵੀ ਮਰਿਆਦਾ ਦਾ ਪਾਲਣ ਇਹ ਹੋਣਾ ਚਾਹੀਦਾ, ਕਿਉਂਕਿ ਤੁਸੀਂ ਇਹ ਸੋਚ ਕੇ ਕਰੋ ਕਿ ਇਹਦਾ ਸੰਦੇਸ਼ ਸਾਰੇ ਦੇਸ਼ 'ਚ ਜਾਣਾ, ਤੁਹਾਡਾ ਇੱਕ ਇਮੇਜ ਬਣਨਾ ਕੌਮ ਦਾ, ਇਹ ਕੌਮ ਕਹੀ ਹੈ। ਕਿਤੇ ਵੀ ਇਹੋ ਜਿਹੀ ਗੱਲ ਵੀ ਹੁਲਰਬਾਜ਼ੀ ਵਾਲੀ ਜਾਂ ਕੋਈ ਹੌਲੀ ਉਹ ਨਾ ਹੋਵੇ। ਹੁਣ ਉਹ ਸਮਾਂ ਆ ਗਿਆ ਸਾਡੀ ਗੱਲ ਦਾ, ਸਿੱਖਾਂ ਦੀ ਇੱਕ ਹਰਕਤ ਦਾ ਦੁਨੀਆ ਨੋਟਿਸ ਲੈ ਰਹੀ ਹੈ। ਮੈਂ ਪਹਿਲਾਂ ਦੀਪ ਸਿੱਧੂ ਵਾਲੀ ਗੱਲ ਕੀਤੀ ਸੀ ਕਿ ਦੀਪ ਸਿੱਧੂ ਤੋਂ ਬਾਅਦ ਜਦੋਂ ਅੰਮ੍ਰਿਤਪਾਲ ਸਿੰਘ ਪੰਜਾਬ 'ਚ ਆਏ ਤਾਂ ਇੱਕਦਮ ਕੌਮ ਨੂੰ ਲੱਗਿਆ ਵੀ ਚਲੋ ਸਾਡੇ ਕੋਲ ਇੱਕ ਬੰਦਾ ਹੈ, ਅਤੇ ਕੌਮ ਨੇ ਪੂਰਾ ਹੁੰਗਾਰਾ, ਪੂਰੇ ਕੌਮ ਚੱਲੀ ਉਹਦੇ ਨਾਲ। ਚਲੋ ਚੱਲਦੇ ਚੱਲਦੇ ਉਹ ਅਜਨਾਲੇ ਵਾਲੀ ਘਟਨਾ ਵਾਪਰ ਗਈ, ਅਤੇ ਜਿਹਦੇ 'ਚੋਂ ਫਿਰ ਗੌਰਮੈਂਟ ਨੂੰ ਇੱਕ ਸਰਕਾਰ ਨੂੰ ਮੌਕਾ ਮਿਲ ਗਿਆ। ਉਹਦੇ ਬਾਰੇ ਮੈਂ ਆਪਦੇ ਪਬਲਿਕਲੀ ਪਹਿਲਾਂ ਵੀ ਕਹਿ ਚੁੱਕਿਆ ਕਿ ਜਦੋਂ ਤੁਸੀਂ ਇੱਕ ਪੂਰੀ ਜ਼ਿੰਮੇਵਾਰੀ ਦੀ ਪੁਜੀਸ਼ਨ 'ਤੇ ਬਹਿ ਜਾਂਦੇ ਹੋ ਨਾ, ਤੁਹਾਡਾ ਇੱਕ ਇੱਕ ਐਕਟ ਤੁਹਾਡੇ ਸਾਰੇ ਕੁਛ 'ਤੇ ਅਸਰ ਪਾਉਂਦਾ। ਸੋ ਮੇਰੇ ਮੁਤਾਬਕ ਮੈਂ ਉਹਨੂੰ ਵੀ ਕਿਹਾ ਸੀ, ਕਦੇ ਵੀ ਦੁਸ਼ਮਣ ਨੂੰ ਮੌਕਾ ਨਾ ਦਿਓ ਵੀ ਉਹਨੂੰ ਸੌਖ ਮਿਲ ਜੇ ਤੁਹਾਡੇ 'ਤੇ ਹਮਲਾ ਕਰ ਦੇ। ਚਲੋ ਮੇਰੀ ਇਹ ਸੀ ਵੀ ਜੇ ਜਿਸ ਤਰ੍ਹਾਂ ਨਸ਼ਿਆਂ ਦੀ ਉਹਨੇ ਚਲਾਈ ਸੀ ਮੁਹਿੰਮ ਨਾ, ਨਸ਼ੇ ਛਡਾਉਣ ਦੀ, ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਸੀ ਜੀ। ਮੈਨੂੰ ਵੀ ਉਦੋਂ ਪਤਾ ਲੱਗਿਆ ਉੱਥੇ ਰਹਿੰਦੇ ਆਉਣ ਦੇ ਬਾਅਦ ਵੀ ਘਰਾਂ ਦੇ ਘਰ ਕਿਵੇਂ ਉੱਜੜ ਰਹੇ, ਕਿਵੇਂ ਮਾਵਾਂ ਆ ਕੇ ਮਾਈਕ ਅੱਗੇ ਰੋ ਰਹੀਆਂ ਸੀ ਵੀ ਦੋ ਮੁੰਡੇ ਆ ਜਾਂ ਤਿੰਨ ਮੁੰਡੇ ਆ, ਤਿੰਨੇ ਇਸ ਰਾਹ ਪੈਦੇ ਅਤੇ ਕੀ ਰਹਿ ਜਾਂਦਾ ਮਾਂ ਪਿਓ ਸਾਨੂੰ, ਕਾਹਦੇ ਆਸਰੇ ਜਾਣਦੇ ਹੋ। ਇਸ ਕਰਕੇ ਲੋਕਾਂ ਨੇ ਬਹੁਤ ਇੱਕ ਆਸ ਵੱਜੀ ਵੀ ਚਲੋ ਕੋਈ ਆਇਆ ਵੀ ਜਿਹੜਾ ਪ੍ਰੇਰਨਾ ਜਗਾਊ ਲੋਕਾਂ ਦੇ ਵਿੱਚ ਅਤੇ ਬੰਦੇ ਨਸ਼ੇ ਛੱਡਣਗੇ। ਅਤੇ ਉਹ ਹੋਇਆ ਵੀ, ਕਿੰਨੇ ਨੌਜਵਾਨਾਂ ਨੇ, ਕਿੰਨੇ ਲੋਕਾਂ ਨੇ ਉਸ ਮਾਹੌਲ 'ਚ ਜਾ ਕੇ ਉਹ ਨਸ਼ੇ ਛੱਡੇ। ਮੇਰੀ ਇਹ ਧਾਰਨਾ ਵੀ ਜੇ ਉਹ ਇਸੇ ਕੰਮ 'ਤੇ ਲੱਗੇ ਰਹਿੰਦਾ ਨਾ, ਅੰਮ੍ਰਿਤ ਸੰਚਾਰ ਅਤੇ ਨਸ਼ਾ ਛਡਾਉਣ, ਅੱਜ ਪੰਜਾਬ ਦਾ ਤਸਵੀਰ ਹੋਰ ਹੋਣੀ ਸੀ, ਇੱਧਰ ਉੱਧਰ ਨਾ ਕਿਤੇ ਭਟਕਦਾ। ਇਹ ਹੁੰਦਾ ਇੱਕ ਸਵਾਏ ਸੰਜਮ ਜਿਹੜਾ ਗੁਰਬਾਣੀ ਦੇ ਅਭਿਆਸ ਨਾਲ ਜਾ ਸਕਦਾ। ਮਨ ਤਾਂ ਚਮਚਲਾ ਸਾਰਿਆਂ ਨੂੰ ਪਤਾ, ਮਨ ਨੂੰ ਵੱਜਣਾ, ਬੰਨ ਕੇ ਰੱਖਣਾ ਇਹ ਬੜਾ ਔਖਾ ਹੁੰਦਾ। ਕਦੇ ਬੰਦਾ ਭੜਕਾਹਟ 'ਚ ਵੀ ਆ ਸਕਦਾ, ਕਦੇ ਕੁਛ ਗਲਤ ਵੀ ਕਦਮ ਚੁੱਕਿਆ ਜਾ ਸਕਦਾ। ਮੇਰੀ ਇਹ ਧਾਰਨਾ ਮਤਲਬ ਵੀ ਜੇ ਉਹ ਇਸੇ ਕੰਮ 'ਤੇ ਲੱਗਿਆ ਰਹਿੰਦਾ ਨਾ, ਅੰਮ੍ਰਿਤ ਸੰਚਾਰ ਅਤੇ ਨਸ਼ੇ ਛਡਾਉਣ 'ਤੇ, ਤਾਂ ਗੌਰਮੈਂਟ ਨੂੰ ਉਹਨੂੰ ਹੱਥ ਪਾਉਣਾ ਬਹੁਤ ਔਖਾ ਸੀ। ਉਹ ਮੌਕਾ ਦੇ ਤਾ ਉਹਨਾਂ ਨੇ ਕਿਸੇ ਕਾਰਨ ਕਰਕੇ, ਗੌਰਮੈਂਟ ਤਾਂ ਭਾਲ ਸੀ ਮੌਕੇ ਦੀ, ਸਾਨੂੰ ਕਦੋਂ ਮੌਕਾ ਮਿਲਦਾ। ਚਲੋ ਹੁਣ ਵੋਟਾਂ ਰਾਹੀਂ
ਵੋਟਾਂ 'ਚ ਖੜ੍ਹੇ ਹੋਣ ਦਾ ਫੈਸਲਾ ਕਰ ਲਿਆ। ਉਹਦੇ 'ਚ ਜਿਹੜੀ ਹੁਣ ਇੰਨੀ ਵੋਟ ਪਈ ਹੈ ਉਹਨੂੰ ਵੀ ਤਾਂ ਭਾਈ ਸਰਬਜੀਤ ਸਿੰਘ ਨੂੰ ਉਹ ਦਿਖਾਤਾ। ਦੋ ਹੀ ਕੈਂਡੀਡੇਟ ਸੀ ਨਾ, ਬਾਕੀ ਥਾਵਾਂ 'ਤੇ ਤਾਂ ਸਾਡਾ ਕੋਈ ਕੈਂਡੀਡੇਟ ਹੀ ਨਹੀਂ ਸੀ ਪੰਥ ਦਾ ਬੈਠਵੀ। ਦਿਖਾਤਾ ਕੌਮ ਨੇ ਵੀ ਅਸੀਂ ਕਿੱਥੇ ਖੜ੍ਹੇ ਹਾਂ। ਕੌਮ ਨੇ ਆਪਦਾ ਜਜ਼ਬਾ ਪ੍ਰਗਟ ਕਰਤਾ ਵੀ ਅਸੀਂ ਤਾਂ ਇੱਥੇ ਖੜ੍ਹੇ। ਇਹ ਇਹਦਾ ਇੱਕ ਫਾਇਦਾ ਹੋਇਆ, ਕਿਉਂਕਿ ਇੱਕ ਤਾਂ ਹੁੰਦਾ ਸੀ ਸਿਧਾਂਤਕ ਦਲੀਲ ਦੇਣੀ ਕੋਈ, ਜਦੋਂ ਉਹ ਕਹਿੰਦੇ ਨਾ ਚਾਰ ਬੰਦੇ ਨੇ ਇਹਨਾਂ ਨੂੰ ਕੌਣ ਪੁੱਛਦਾ, ਉਹਦੇ 'ਚ ਸਾਨੂੰ ਇੱਕ ਦਲੀਲ ਮਿਲਦੀ ਬੜੀ ਠੋਸ ਕਿ ਇੰਨੇ ਬੰਦਿਆਂ ਨੇ ਵੋਟ ਪਾਈ, ਉਹਨਾਂ 'ਚ ਇੱਕ ਵੀ ਬੰਦਾ ਨਹੀਂ ਹੋਊ ਜਿਹਨੂੰ ਸ਼ਰਾਬ ਪਿਆ ਕੇ ਜਾਂ ਪੈਸੇ ਦੇ ਕੇ ਵੋਟਾਂ ਪਵਾਈ ਹੋ। ਬਿਲਕੁਲ ਕੌਮ ਨੇ ਆਪਦਾ ਦਿਲ ਜੋ ਸੀਗਾ ਉਹ ਪ੍ਰਗਟ ਕਰਤਾ। ਸੋ ਸਾਡੇ ਕੋਲ ਇੱਕ ਸਟਰੋਂਗ ਆਰਗੂਮੈਂਟ ਆ ਗਿਆ, ਗੱਲ ਦੁਨੀਆ 'ਚ ਕਿਤੇ ਵੀ ਗੱਲ ਕਰਨੀ ਹੈ ਨਾ, ਕਿਉਂਕਿ ਉਹਨਾਂ ਕੋਲ ਇਹੀ ਹਥਿਆਰ ਹੁੰਦਾ ਕਿ ਲੋਕ ਤਾਂ ਕਾਂਗਰਸ ਨੂੰ ਵੋਟਾਂ ਪਾ ਰਹੇ ਨੇ, ਲੋਕ ਤਾਂ BJP ਨੂੰ ਵੋਟਾਂ ਪਾ ਰਹੇ ਨੇ, ਕਿ ਜਿੱਥੇ ਆਪਸ਼ਨ ਮਿਲੀ ਲੋਕਾਂ ਨੂੰ, ਜਿੱਥੇ ਆਪਸ਼ਨ ਨਹੀਂ ਮਿਲੀ ਉਹ ਤਾਂ ਗੱਲ ਹੀ ਵੱਖਰੀ ਹੈ। ਸੋ ਇਹਦਾ ਇੰਨਾ ਕੁ ਫਾਇਦਾ ਹੋ। ਬਾਕੀ ਮੇਰੀ ਇਹ ਧਾਰਨਾ ਵੀ ਆਪਾਂ ਨੂੰ ਨਾ ਬਹੁਤੇ ਭਰਮ ਨਹੀਂ ਪਾਲਣੇ ਚਾਹੀਦੇ, ਇੰਨਾ ਕੁ ਫਾਇਦਾ ਹੋ। ਹੋਰ ਕੋਈ ਆਪਾਂ ਇਹ ਕਹੀਏ ਵੀ ਸਾਡੀ ਜੰਗ ਦੇ ਵਿੱਚ ਕੋਈ ਬਹੁਤ ਵੱਡਾ ਉਹ ਰੋਲ ਪਲੇ ਹੋ ਜੂਗਾ ਇਸ ਗੱਲ ਨਾਲ, ਉਹ ਪਾਰਲੀਮੈਂਟ ਕੀ ਹੈ, ਉਹਦੀ ਕਿੰਨੀ ਕੁ ਬੁੱਕਤ ਹੈ, ਉੱਥੇ ਸਰਦਾਰ ਕਪੂਰ ਸੂ ਤੋਂ ਵੱਧ ਲਾਇਕ ਤਾਂ ਕੋਈ ਬੰਦਾ ਨਹੀਂ ਨਾ ਜਾ ਸਕਦਾ, ਫਿਰ ਇਹਦੇ ਲਾਇਕ ਬੰਦੇ ਤਾਂ ਕਿੰਨੀ ਕੁ ਉੱਥੇ। ਪਹਿਲੀ ਗੱਲ ਤਾਂ ਬੋਲਣ ਕਿੰਨਾ ਕੁ ਦਿੰਦੇ ਨੇ, ਬੋਲ ਲਓ ਉਹਦੀ ਬੁੱਕਤ ਕੀ ਹੈ, ਜੇ ਨਾ ਬੋਲ ਵੀ ਲਓ ਚੱਲ ਉਹਦੀ ਬੁੱਕਤ ਤਾਂ ਕੋਈ। ਚਲੋ ਇੰਨਾ ਕੁ ਹੁੰਦਾ ਵੀ ਇੱਕ ਸਟੇਟਸ ਇਲੈਕਟਡ ਮੈਂਬਰ ਹੋ ਗਿਆ, ਹੁਣ ਜਦੋਂ ਕੋਈ ਗੱਲ ਕਹੂੰ ਉਹਦਾ ਵਜਨ ਵੱਧ ਹੋ। ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਸੀ ਜਦੋਂ ਪਾਰਲੀਮੈਂਟ 'ਚ ਖੜ੍ਹ ਕੇ ਬੋਲਦਾ ਸੀ ਕਿਸੇ ਵੀ ਮਸਲੇ ਬਾਰੇ, ਤਾਂ ਉਹ ਇੱਕ ਆਮ ਬੰਦਾ ਨਹੀਂ ਸੀ, ਵੀ ਉਹ ਇੱਕ ਇਲੈਕਟਡ ਮੈਂਬਰ ਹੈ, ਲੀਡਰ ਹੈ ਕੌਮ ਦਾ, ਕੌਮ ਦੀ ਆਵਾਜ਼ ਪੇਸ਼ ਕਰ ਰਿਹਾ। ਉਹਦਾ ਬਾਅਦ ਦੀਆਂ ਸਰਕਾਰਾਂ ਤੱਕ ਜਾਂ ਹੋਰ ਜਦੋਂ ਉਹਨਾਂ ਨਾਲ ਕਮਿਊਨੀਕੇਟ ਵੀ ਕਰਦਾ, ਚਿੱਠੀ ਭੇਜਦਾ, ਲਿਖਦਾ ਹੈ ਨਾ ਵੀ ਸਾਡੇ ਨਾਲ ਆਹ ਕੁਛ ਹੋ ਰਿਹਾ, ਉਹ ਰਿਕਾਰਡ ਦਾ ਹਿੱਸਾ ਬਣ ਗਿਆ। ਆਪਾਂ ਇੱਥੇ ਹੁਣ ਮੈਂ ਬੋਲ ਰਿਹਾ ਇਹ ਤਾਂ ਆਪਣੇ ਵਾਸਤੇ ਹੀ ਹੈ ਨਾ, ਬਸ ਇੰਨੀ ਕੁ ਇਹਦੀ ਅਹਿਮੀਅਤ। ਅਤੇ ਜਿਹੜਾ ਬੰਦਾ ਇਲੈਕਟਡ ਹੁੰਦਾ ਇੱਕ ਉਹਦੇ ਕੋਲ ਜਿਹਦੇ ਕੋਲ ਇੱਕ ਲੱਗ ਜਾਂਦੀ ਹੈ ਮੋਹਰ, ਉਹਦਾ ਫਿਰ ਵਜਨ ਵੱਧ ਜਾਂਦਾ। ਸੋ ਆਪਾਂ ਮੇਰਾ ਤਾਂ ਵਿਚਾਰ ਇਹ ਹੈ ਵੀ ਵੱਡੇ ਭਰਮ ਨਾ ਪਾਲੋ, ਇਲਿਊਜ਼ਨ ਨਾ ਪਾਲੋ, ਪਰ ਜਿੰਨਾ ਕੁ ਵੀ ਮਤ ਇਸ ਗੱਲ ਨੂੰ ਵਰਤਿਆ ਜਾ ਸਕਦਾ ਉਹ ਕਿੰਨਾ ਕੁ ਵੱਧ ਤੋਂ ਵੱਧ ਸਹੀ ਤਰੀਕੇ ਨਾਲ ਵਰਤਿਆ ਜਾ ਸਕਦਾ ਉਹ ਜ਼ੋਰ। ਦੂਜੀ ਗੱਲ, ਸਾਡੇ 'ਚ ਨੈਗੇਟਿਵਿਟੀ ਬਹੁਤ ਆਈ ਹੈ, ਅਤੇ ਉਹਦੇ 'ਚ ਮੈਨੂੰ ਇਹ ਲੱਗਦਾ ਵੀ ਅਜੇ ਦੇਖੋ ਜਿਹੜੇ ਪਹਿਲਾਂ ਹੀ ਬਿਆਨ ਦਾਗਣ ਲੱਗੇ ਨਾ, ਦੇਖਿਓ ਇਹ ਵਿਕ ਜੂਗਾ, ਇਹ ਐਂ ਹੋ ਜੂਗਾ, ਇਹ ਨਹੀਂ ਲੱਗਦਾ ਹੁਣ। ਜਦੋਂ ਵਿਕ ਜੂ ਆਪੇ ਪਤਾ ਲੱਗ ਜੂ ਲੋਕਾਂ ਨੂੰ ਕਿ ਤੁਸੀਂ ਨਜੂਮੀ ਹੋ, ਨਾਲੇ ਇਹ ਗੱਲਾਂ ਕਹਿਣ ਵਾਲੇ ਜਿਹੜੇ ਸੋਸ਼ਲ ਮੀਡੀਆ 'ਤੇ ਕਹਿ ਰਹੇ ਉਹ ਆਪ ਕੀ ਪਤਾ ਉਹਨਾਂ ਦੀ ਕੀ ਕਮਾਈ ਹੈ। ਜਿਹੜੇ ਬੰਦੇ ਨੂੰ ਕੋਈ ਦੋ ਬੰਦੇ ਨਹੀਂ ਪਿੱਛੇ ਜਿਹਦੇ ਉਹ ਲਿਖੀ ਜਾਵੇ ਹੈਗੀਆਂ ਗੱਲਾਂ, ਵੀ ਅਧਿਕਾਰ ਹੈ ਕਿਸੇ ਨੂੰ ਰਾਈਟ ਟਰਨ ਕਰਨਾ ਪੈਂਦਾ ਵੀ ਕੁਛ ਕਹਿ ਸਕੋ ਦੂਜੇ।
ਅਤੇ ਇਹ ਜਿਹੜਾ ਐਵੇਂ ਮਤਲਬ ਇੱਕ ਆਦਤ ਬਣ ਗਈ ਸੋਸ਼ਲ ਮੀਡੀਆ 'ਤੇ ਹਰ ਗੱਲ ਦੇ ਵਿੱਚ ਨੈਗੇਟਿਵਿਟੀ ਨੈਗੇਟਿਵਿਟੀ ਮਤਲਬ ਭੰਡੀ ਜਾਣਾ ਭੰਡੀ ਜਾਣਾ, ਇਹ ਵੀ ਸਾਡੇ ਮਾਇੰਡ ਮਨ ਨੂੰ ਕਮਜ਼ੋਰ ਕਰਦਾ। ਸੋ ਠੀਕ ਹੈ, ਉਹ ਇੱਕ ਵਧੀਆ ਮਤਲਬ ਇਹ ਕਹਿ ਲਓ ਕਿ ਡਿਵੈਲਪਮੈਂਟ ਹੋਈ ਹੈ, ਹੁਣ ਅੱਗੇ ਦੇਖਦੇ ਹਾਂ। ਹੋਪ ਫਾਰ ਦੀ ਬੈਸਟ ਬਟ ਵੀ ਪ੍ਰਪੇਅਰ ਫਾਰ ਦੀ ਵਰਸਟ ਆਲਸੋ, ਉਹ ਵੀ ਤਿਆਰ ਰਹੋ, ਪਰ ਹੁਣੇ ਨਾ ਮਤਲਬ ਦੇਖੋ ਇਹਨਾਂ ਨੇ ਐਂ ਹੋ ਜਾਣਾ, ਮੌਕਾ ਦਿਓ, ਉਮੀਦ ਕਰੋ ਜਾਂ ਅਰਦਾਸ ਕਰੋ ਕਿ ਠੀਕ ਨਹੀਂ ਹੋ ਸਕਦਾ, ਇਹਦੇ ਨਾਲ ਆਪਦੇ ਵੀ ਮਨ ਤੱਕ ਨਹੀਂ ਹੁੰਦੇ। ਇਹ ਇੱਕ ਪਹੁੰਚ ਹੈ ਜਿਹੜੀ ਜਨਰਲੀ ਹੋਣੀ ਚਾਹੀਦੀ ਹੈ। ਅੱਜ ਸਾਡੇ 'ਚ ਦੂਜੀ ਬਹੁਤ ਚੱਲ ਰਹੀ ਹੈ, ਭੰਡਣ ਦੀ ਨਿੰਦਣ ਦੀ ਭਾਸ਼ਾ ਵੀ ਬੜੀ ਗਲਤ ਚੱਲ ਰਹੀ ਹੈ, ਹੈ ਨਾ। ਉਹ ਸਾਰਾ ਉਹ ਸਿੱਕਨੈਸ ਪੈਦਾ ਕਰਦੀ ਹੈ, ਉਹ ਮਨ 'ਤੇ ਕੋਈ ਚੰਗੇ ਅਸਰ ਨਹੀਂ ਪਾਉਂਦੀ। ਸੋ ਕੁਝ ਵੀ ਬੈਠਾ ਕੋਈ ਬੰਦਾ ਇਹਨਾਂ ਰੁਝਾਨਾਂ ਨੂੰ ਰੋਕ ਸਕਦਾ ਤਾਂ ਰੋਕਣਾ। ਅਗਲਾ ਸਵਾਲ ਇਹਦੇ ਨਾਲ ਹੀ ਰਿਲੇਟਡ, ਤੁਸੀਂ ਪਹਿਲਾਂ ਹੀ ਅੱਧਾ ਜਵਾਬ ਦੇ ਤਾ ਕਿ ਇੱਕ ਦੂਜੇ ਨੂੰ ਜਿਹੜਾ ਪਿੱਛੇ ਖਿੱਚਦੇ ਨੇ ਇੱਕ ਦੂਜੇ ਨੂੰ ਭੰਡਣ ਵਾਲਾ ਜਿਹੜਾ ਵਰਤਾਰਾ ਚੱਲਦਾ ਹੈ, ਵੀ ਉਹਦੇ ਤੁਹਾਨੂੰ ਕੀ ਲੱਗਦਾ ਵੀ ਉਹਦੇ ਰੀਜ਼ਨ ਕੀ ਨੇ ਅਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ? ਰੀਜ਼ਨ ਤਾਂ ਉਹਦਾ ਕੋਈ ਬਹੁਤਾ ਬੁੱਝਣਾ ਔਖਾ ਨਹੀਂ, ਬੰਦੇ ਗੁਰਬਾਣੀ ਨਾਲ ਟੁੱਟੇ ਹੋਏ, ਗੁਰਬਾਣੀ 'ਚੋਂ ਟੁੱਟਣ ਤੋਂ ਭਾਵੇਂ ਇਹ ਨਹੀਂ ਵੀ ਉਹ ਪਾਠ ਨਹੀਂ ਕਰਦੇ, ਬੰਦਾ ਪਾਠ ਕਰਦਾ ਹੋ ਵੀ ਗੁਰਬਾਣੀ ਨੂੰ ਟੁੱਟਿਆ ਰਹਿ ਸਕਦਾ। ਜਿਹੜਾ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ, ਉਹਦੇ 'ਚ ਫਿਰ ਇੰਨੀ ਇਹ ਈਰ ਜਿਹੜਾ ਹੈਗਾ ਨਾ ਸ਼ਰੀਕਾ ਹੈ, ਤਾਂ ਸ਼ਰੀਕਾ ਹੀ ਚੱਲ ਰਿਹਾ ਨਾ, ਉਹਦੇ ਖਿਲਾਫ਼ ਬੋਲ ਰਿਹਾ, ਉਹਦੇ ਖਿਲਾਫ਼ ਬੋਲ ਰਿਹਾ। ਇਹ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਕਰੈਕਟਰ ਥੋੜ੍ਹੇ ਜਿਹੇ ਹੁੰਦੇ ਸੀ ਜਿਹਨੂੰ ਸੱਥ 'ਚ ਬਹੁਤਾ ਬੈਠਣ ਨਹੀਂ ਦਿੰਦੇ ਲੋਕ, ਹੁਣ ਉਹਨਾਂ ਨੂੰ ਪਲੇਟਫਾਰਮ ਵੱਡੇ ਮਿਲਦੇ। ਬਸ ਵਿਰਤੀ ਉਹੀ ਹੈ, ਇਹ ਬੜੀ ਪੁਰਾਤਨ ਵਿਰਤੀ ਹੈ। ਪਹਿਲਾਂ ਇਹਨੂੰ ਲੋਕ ਇਹ ਕਹਿ ਲਓ ਕਿ ਸਨੱਬ ਕਰਦੇ ਸੀ ਪਿੰਡ ਦੇ ਵਿੱਚ, ਸਾਡਾ ਜਨਰਲ ਸੱਭਿਆਚਾਰ ਇਸ ਤਰ੍ਹਾਂ ਦਾ ਸੀ, ਇਸ ਗੱਲ ਨੂੰ ਪਸੰਦ ਨਹੀਂ, ਨਿੰਦਿਆ ਚੁਗਲੀ ਨੂੰ ਵੀ, ਪਰ ਨੈਗੇਟਿਵਿਟੀ ਨੂੰ ਜਨਰਲੀ ਸਾਡੇ ਪਸੰਦ ਨਹੀਂ ਸੀ ਕੀਤਾ ਜਾਂਦਾ। ਸੱਥ 'ਚ ਮਸ਼ਹੂਰ ਹੋ ਜਾਂਦਾ ਸੀ ਵੀ ਇਹਦੇ ਮੂੰਹੋਂ ਕੋਈ ਚੰਗੀ ਗੱਲ ਨਿਕਲਣੀ ਨਹੀਂ, ਅਤੇ ਲੋਕ ਉਹਨੂੰ ਨਾ ਪਸੰਦ ਕਰਦੇ ਸੀ। ਅਤੇ ਉਦੋਂ ਉੰਨੀ ਕੁ ਸਪੇਸ ਹੁੰਦੀ ਸੀ ਨਾ, ਬੰਦਾ ਹੋਰ ਕਿੱਥੇ ਕਰੂ, ਆ ਕੇ ਸੱਥ 'ਚ ਹੀ ਗੱਲ ਕਰੂ ਕੁੰਡ 'ਤੇ ਬਹਿ ਕੇ। ਹੁਣ ਤਾਂ ਉਹ ਖੁੰਡ ਫੇਸਬੁੱਕ ਨੇ ਵੱਡੇ ਵੱਡੇ ਦੇ ਤੇ ਹਰ ਕਿਸੇ ਕੋਲ ਆ, ਅਤੇ ਕੌਣ ਕਿਸੇ ਨੂੰ ਰੋਕ ਸਕਦਾ, ਇਹ ਗੜਬੜ ਹੋਈ ਹੈ। ਵਿਰਤੀ ਉਹੀ ਹੈ, ਪਰ ਵਿਰਤੀ ਨਾ ਪਲੇਟਫਾਰਮ ਵੱਡੇ ਮਿਲ। ਅਤੇ ਅਗਲਾ ਕੁਸ਼ਚਨ ਇਹ ਹੈ ਕਿ ਬਾਪੂ ਜੀ ਜਸਵੰਤ ਸਿੰਘ ਖਾਲੜਾ ਜੀ ਨੂੰ ਬਹੁਤ ਮਿਲਦੇ ਰਹੇ ਨੇ, ਉਹਨਾਂ ਨਾਲ ਵਿਚਰਦੇ ਰਹੇ ਨੇ, ਤਾਂ ਉਹਨਾਂ ਨਾਲ ਸੰਬੰਧਿਤ ਕੋਈ ਵੀ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ? ਦੇਖੋ, ਯਾਦਾਂ ਤਾਂ ਸੰਘਰਸ਼ੀ ਜੀਵਨ ਦੇ ਵਿੱਚ ਬਹੁਤ ਹੁੰਦੀਆਂ, ਕੋਈ ਇੱਕ ਨਹੀਂ ਹੁੰਦੀ ਜਿੱਥੇ ਆਪਾਂ ਇਹ ਕਹਿ ਸਕੀਏ ਕਿ ਕੋਈ ਇੱਕ ਮੈਂ ਦੱਸਾਂ ਅਤੇ। ਪਰ ਜੇ ਫਿਰ ਆਪਾਂ ਇੱਕ ਦੋ 'ਤੇ ਗੱਲਾਂ ਕਰਨੀਆਂ ਨਾ, ਦੇਖੋ ਮੇਰਾ ਉਹਦੇ ਨਾਲ ਮੇਲ ਹੋਇਆ ਸੀ 1973, ਉਸ ਤੋਂ ਬਾਅਦ ਅਸੀਂ ਲਗਾਤਾਰ ਇਕੱਠੇ ਚੱਲਿਆ, ਬਹੁਤ ਆਪਸੀ ਬਖਰੇਵੇਂ ਰਾਜ ਸੀ ਜਾਂ ਸਿਧਾਂਤ ਕੋਈ ਵੀ ਆਉਂਦੇ ਰਹੇ, ਪਰ ਸੰਬੰਧ ਸਾਡੇ ਬੜੇ ਠੀਕ ਰਹੇ। ਅਖੀਰ 'ਤੇ ਫਿਰ 84 ਤੋਂ ਬਾਅਦ ਅਸੀਂ, ਕਿਉਂਕਿ ਉਹ ਵੀ ਪਹਿਲਾਂ ਕਾਮਯਾਬ ਨਹੀਂ ਸੀ, ਅਸੀਂ ਦੋਵੇਂ 84 ਤੋਂ ਬਾਅਦ ਫਿਰ ਇਸ ਪਾਸੇ ਨੂੰ ਆਏ। ਅਤੇ ਚਲੋ, ਉਹਨੇ ਆਪਦੇ ਢੰਗ ਨਾਲ ਕੰਮ ਜਾਰੀ ਰੱਖਿਆ, ਮੈਂ ਆਪਦੇ ਕੰਮ ਢੰਗ ਨਾਲ ਜਾਰੀ ਰੱਖਿਆ, ਅਤੇ ਫਿਰ ਉੱਥੇ ਮੇਲ ਜੋਲ ਉਹਨਾਂ ਨਾਲ ਹੁੰਦਾ ਰਿਹਾ। ਉਹਦੇ 'ਚ
ਮੇਰੇ ਮੁਤਾਬਕ ਜਦੋਂ ਉਹ ਇੰਗਲੈਂਡ ਆ ਗਿਆ ਸੀ ਆਪਣੇ ਭਰਾ ਕੋਲ, ਉਹ ਇਹ ਸੋਚ ਕੇ ਆਇਆ ਸੀ ਕਿ ਪੰਜਾਬ ਦੇ ਵਿੱਚ ਰਹਿ ਕੇ ਬੋਲਣਾ ਔਖਾ ਅਤੇ ਖਤਰਾ ਹੀ ਖਤਰਾ ਹੈ, ਅਤੇ ਲੋਕਾਂ ਤੱਕ ਜੇ ਦੁਨੀਆਂ 'ਚ ਗੱਲ ਲਿਜਾਣੀ ਹੈ ਤਾਂ ਉਹ ਬੈਸਟ ਜਗ੍ਹਾ ਉਹੀ ਹੈ ਜਿੱਥੋਂ UNO ਤੱਕ ਜਾਂ ਹੋਰ ਜਿਹੜੀ ਇੰਸਟੀਟਿਊਸ਼ਨ ਆ ਉਹਨਾਂ ਤੱਕ ਆਪਣੀ ਗੱਲ ਲੈ ਕੇ ਜਾਈ ਜਾ ਸਕੇ। ਉਹ ਉੱਥੇ ਆ ਗਿਆ, ਉਹਨੇ ਕੰਮ ਵੀ ਸ਼ੁਰੂ ਕਰਤਾ ਅਤੇ ਉਹਨੂੰ ਅਸਾਈਲਮ ਵੀ ਮਨਜ਼ੂਰ ਹੋ ਗਿਆ ਅਤੇ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਰਾਸ਼ਟਰਪਤੀ ਨੂੰ ਇੰਡੀਆ ਦੇ, ਅਤੇ ਮੈਂ ਭਾਰਤ ਦਾ ਸ਼ਹਿਰੀ ਨਹੀਂ, ਮੈਂ ਸਟੇਟਲੈਸ ਪਰਸਨ, ਇਸ ਕਰਕੇ ਮੈਨੂੰ ਹੁਣ ਮੇਰੇ ਸਿਟੀਜਨਸ਼ਿਪ ਰੱਖ ਸਮਝੋ। ਮਤਲਬ ਉਹ ਇਹ ਧਾਰ ਕੇ ਮਤਲਬ ਗਿਆ ਉੱਥੋਂ ਵੀ ਮੈਂ ਹੁਣ ਬਾਹਰ ਬਹਿ ਕੇ ਜਿੱਥੇ ਜਾਣ ਸੁਰੱਖਿਅਤ ਹੈ ਉੱਥੇ ਬਹਿ ਕੇ ਮੈਂ ਆਪਣੀ ਗੱਲ ਦੁਨੀਆ 'ਚ ਲੈ ਕੇ ਜਾਣੀ ਹੈ। ਫਿਰ ਜਿਹੜੀ ਉਹਦੇ 'ਚ ਅਚਾਨਕ ਤਬਦੀਲੀ ਆਈ, ਜਿਹੜੀ ਉਹਦੇ ਭਰਾ ਨੇ ਦੱਸਿਆ ਮੈਨੂੰ ਵੀ ਜਦੋਂ ਬੇਅੰਤ ਸੂ 92 ਦੀਆਂ ਚੋਣਾਂ 'ਚ ਬਣਿਆ ਮੁੱਖ ਮੰਤਰੀ, ਜੋ ਪੰਜਾਬ ਤੋਂ ਰਿਪੋਰਟਾਂ ਆਉਣ ਲੱਗ ਗਈਆਂ, ਉਦੋਂ ਉਹ ਕਹਿੰਦਾ ਵੀ ਬਹੁਤ ਚੁੱਪ ਰਹਿੰਦਾ, ਜਿਵੇਂ ਡਿਸਟਰਬਡ ਹੁੰਦਾ ਮਾਨਸਿਕ ਤੌਰ 'ਤੇ, ਅੰਦਰ ਬੈਠੇ ਰਹਿਣਾ, ਪਾਠ ਕਰਦੇ ਰਹਿਣਾ, ਬਹੁਤੀ ਗੱਲ ਨਾ ਕਰਨੀ। ਫਿਰ ਇੱਕ ਦਿਨ ਉਹਨੇ ਸਡਨਲੀ ਕਹਿਤਾ ਆਪਦੇ ਭਰਾ ਨੂੰ ਵੀ ਅਮਰਜੀਤ ਮੇਰਾ ਨਾ ਹੋਮ ਡਿਪਾਰਟਮੈਂਟ ਤੋਂ ਪਾਸਪੋਰਟ ਮੰਗਾਉਂਦਾ, ਮੈਂ ਭਾਰਤ ਜਾਣਾ। ਉਹਦੇ ਹੁਣ ਉੱਥੇ ਬਹੁਤ ਦੋਸਤ ਬਣਦੇ ਸੀ, ਗੋਰੇ MP ਵੀ ਹੋਰ ਬਹੁਤ, ਉਹ ਸਾਰਿਆਂ ਨੇ ਕਿਹਾ ਵੀ ਹੱਦ ਹੋ ਗਈ ਤਾਂ ਵੱਧਦੀ ਅੱਗ 'ਚ ਜਾ ਕੇ ਛਾਲ ਮਾਰਨਾ ਨਹੀਂ ਕਰਨਾ ਵੀ ਜੋ ਉੱਥੇ ਹੁਣ ਮਾਹੌਲ ਜੋ ਰਿਪੋਰਟਾਂ ਆ ਰਹੀਆਂ ਉਹ 'ਚ ਤਾਂ ਤੈਨੂੰ ਬਿਲਕੁਲ ਹੀ ਨਹੀਂ ਜਾਣਾ ਚਾਹੀਦਾ, ਅਤੇ ਤੈਨੂੰ ਇੱਥੇ ਅਸਾਈਲਮ ਮਿਲ ਗਈ ਹੈ, ਬੱਚੇ ਵੀ ਇੱਥੇ ਆ ਜਾਣਗੇ, ਅਤੇ ਇਸ ਕਰਕੇ ਵੀ ਇਹ ਕਦਮ ਨਾ ਚੁੱਕ। ਤਾਂ ਉਹ ਕਹਿੰਦੇ ਵੀ ਸਾਰਿਆਂ ਨੇ ਜ਼ੋਰ ਲਾ ਲਿਆ, ਉਹ ਕਹਿੰਦਾ ਹੁਣ ਮੈਨੂੰ ਉੱਥੇ ਜਾਣਾ ਚਾਹੀਦਾ। ਹੁਣ ਇੱਕ ਸਿਚੁਏਸ਼ਨ 'ਚ ਦੇਖੋ, ਉਹ ਕਹਿੰਦੇ ਮੈਨੂੰ ਇੰਗਲੈਂਡ ਜਾਣਾ ਚਾਹੀਦਾ ਤਾਂ ਕਿ ਜਾਣ ਬਚੀ ਰਹੇ, ਮੈਂ ਆਪਦੀ ਗੱਲ ਲੈ ਕੇ ਜਾਵਾਂ। ਇੱਕ ਸਿਚੁਏਸ਼ਨ ਆ ਗਈ ਵੀ ਨਹੀਂ, ਮੈਨੂੰ ਉੱਥੇ ਹੀ ਜਾਣਾ ਚਾਹੀਦਾ, ਇਹ ਜਾਣਦੇ ਹੋਏ ਵੀ ਉੱਥੇ ਜਾ ਕੇ ਸਿਰ ਦੇਣਾ ਪੈਣਾ। ਸੋ ਮੈਂ ਜਿੰਨਾ ਕੁ ਉਹਨੂੰ ਦੇਖਿਆ ਸੀ ਜਾਂ ਸਮਝਿਆ ਸੀ ਉਹ 'ਚ ਇਹ ਸੀ ਬਹੁਤ ਵੱਡੀ ਗੱਲ ਸੀ। ਜਦੋਂ ਬੰਦਾ ਇਹ ਫੈਸਲਾ ਕਰ ਲਏ, ਇਹ ਬੁੱਧੀ ਨਾਲ ਨਹੀਂ ਹੁੰਦਾ, ਬੈਠ ਕੇ ਸੋਚਿਆ ਜਾਂ ਕੁਛ ਹੋਰ, ਇਹ ਕਿਤੋਂ ਕੋਈ ਵਾਹਿਗੁਰੂ ਵੱਲੋਂ ਸੁਨੇਹਾ ਹੁੰਦਾ। ਸੰਤ ਵੀ ਜਿਵੇਂ ਸ਼ਹੀਦ ਹੋਏ, ਜਿਹੜੀ ਇੰਨੀ ਅਡੋਲਤਾ ਆਉਂਦੀ ਹੈ ਨਾ ਬੰਦੇ 'ਚ, ਉਹ ਬੁੱਧੀ ਦੀ ਲੈਵਲ 'ਤੇ ਨਹੀਂ ਬੰਦੇ 'ਚ ਆਉਂਦੀ, ਕਿਤੇ ਨਹੀਂ ਜਾ ਜਾਂਦਾ, ਫਿਰ ਵੀ ਕਿਤੇ ਨਾ ਕਿਤੇ ਮਨ ਡੋਲ ਜਾਂਦਾ, ਕਿਉਂਕਿ ਜਿਸ ਕਿਸਮ ਦਾ ਉਹ 'ਤੇ ਜ਼ੁਲਮ, ਜਿੰਨਾ ਉੱਥੇ ਤਸ਼ੱਦਦ ਹੋਇਆ ਇੰਨੇ ਦਿਨ ਰੱਖ ਕੇ, ਬਹੁਤ ਜ਼ਿਆਦਾ ਉੱਥੇ ਮਤਲਬ ਨੂੰ ਟੋਰਚਰ ਕੀਤਾ ਗਿਆ ਸੀ, ਅਤੇ ਮੈਨੂੰ ਲੱਗਦਾ ਉਹ ਉੱਥੋਂ ਇਹ ਆਇਆ। ਇਹ ਹੁਣ ਬੰਦੇ ਨੂੰ ਅੰਦਰੋਂ ਕੋਈ ਸੁਨੇਹਾ ਮਿਲਦਾ ਕਿਤੇ ਵੀ ਅੱਜ ਮੈਨੂੰ ਕਿਸ ਰੂਪ 'ਚ ਕੰਮ ਕਰਨਾ, ਕੌਮ ਦੀ ਸੇਵਾ ਕਰਨੀ ਹੈ, ਇੱਕ ਮੌਕੇ ਇਹ ਆਇਆ ਕਿ ਸੇਫ ਜਗ੍ਹਾ 'ਤੇ ਜਾ, ਇੱਕ ਮੌਕੇ 'ਤੇ ਇਹ ਆਇਆ ਕਿ ਨਹੀਂ ਹੁਣ ਸਿਰ ਦੇਣਾ ਪੈਂਦਾ। ਕਾਹਦੇ ਵਾਸਤੇ ਵੀ ਦੁਨੀਆਂ ਦੇ ਸਾਹਮਣੇ ਇਹਨਾਂ ਦਾ ਅਸਲੀ ਚਿਹਰਾ ਨੰਗਾ ਕਰਨਾ ਹੈ। ਤੱਥ ਤਾਂ ਉਹ ਉਂਝ ਵੀ ਦੇ ਦਿੰਦਾ, ਤੱਥ ਤਾਂ ਪਏ ਸੀ, ਉਹਦੀ ਸ਼ਹਾਦਤ ਨਾਲ ਫਰਕ ਕਿੰਨਾ ਪਿਆ,
ਸਾਰੀ ਦੁਨੀਆ ਦੇ ਵਿੱਚ ਪਰ ਕਿਵੇਂ ਇੰਡੀਅਨ ਗੌਰਮੈਂਟ ਬਾਰੇ ਕੀ ਪ੍ਰਭਾਵ ਬਣਿਆ। ਉਦੋਂ ਪਹਿਲਾਂ ਦੇਖੋ ਵੀ ਵਾਹਿਗੁਰੂ ਨੇ ਉਹਨੂੰ ਕਿੰਨਾ ਮੌਕਾ ਦਿੱਤਾ, ਜਿਹੜਾ ਕਨੇਡਾ ਪਾਰਲੀਮੈਂਟ ਦੇ ਵਿੱਚ ਆ ਕੇ ਸਪੀਚ ਦੇ ਗਿਆ, ਉੱਥੇ ਉਹ ਸਾਰੇ ਕਹਿੰਦੇ ਮੈਂ ਬੰਦਿਆਂ ਨੂੰ ਮਿਲਿਆ, ਉਹਨਾਂ ਨੂੰ ਜਿਹੜੀ ਉਹ MPC ਕੁਲੀਨ ਗੋਰੀ, ਉਹ ਕਹਿੰਦੀ ਮੈਂ ਤਾਂ ਇੰਨਾ ਜ਼ੋਰ ਲਾਇਆ ਕਿ ਤੂੰ ਨਾ ਜਾ। ਉਹ ਜਦੋਂ ਆਇਆ ਸੀ ਕਨੇਡਾ ਨਾ, ਉੱਥੇ ਬੋਲਣ ਵਾਸਤੇ ਉਹ ਕੱਪੜਾ ਵੀ ਕੋਈ ਨਹੀਂ ਸੀ ਲੈ ਕੇ ਆਇਆ ਕਿ ਮੈਂ ਰਹਿਣਾ ਹੀ, ਜੋ ਪਾਏ ਹੋਏ ਸੀ ਉਹੀ ਕੱਪੜੇ ਸੀ ਉਹਦੇ। ਅਸਾਂ ਬੋਲਿਆ, ਆਪਦਾ ਕੰਮ ਕੀਤਾ ਅਤੇ ਵਾਪਸ ਚਲਾ ਗਿਆ। ਇਹ ਜਿਹੜੀ ਗੱਲ ਹੁੰਦੀ ਹੈ, ਇਹ ਕਿਤੇ ਕੋਈ ਸੁਨੇਹਾ ਹੁੰਦਾ ਅੰਦਰੋਂ, ਉਹਨੂੰ ਪਤਾ ਹੁੰਦਾ ਬੰਦੇ ਉਹਦਾ, ਉਹਨੂੰ ਪਤਾ ਸੀ ਵੀ ਹੁਣ ਮੈਨੂੰ ਇਹ ਹੁਕਮ ਹੋ ਗਿਆ ਅਤੇ ਮੈਂ ਹੁਣ ਆਪਣਾ ਸਰੀਰ ਸਿਰ ਦੇਣਾ। ਉਹ ਜਿਵੇਂ ਉੱਥੇ ਜ਼ੁਲਮ ਹੋਏ, ਉਹ ਜਿਹੜੀ ਫਿਲਮ ਬਣੀ ਆ ਹੁਣ ਦਲਜੀਤ ਦੋਸਾਂਝ ਨੇ ਬਣਾਈ ਹੈ ਜਸਵੰਤ ਸਿੰਘ ਖਾਲੜੇ ਦੀ ਜੀਵਨ 'ਤੇ, ਉਹ ਤੁਸੀਂ ਦੇਖਿਓ ਜੇ ਰਿਲੀਜ਼ ਹੋਈ ਤਾਂ। ਆਪ ਜੀ ਨੇ ਦੇਖੀ ਹੈ ਜੀ ਉਹ? ਮੈਂ ਦੇਖੀ ਆ, ਪ੍ਰਾਈਵੇਟ ਕਿਤੇ ਸੀਗਾ ਵੀ ਦੇਖ। ਉਹਦੇ 'ਚ ਚਲੋ ਤੁਸੀਂ ਉਹ ਬਾਕੀ ਗੱਲਾਂ ਤਾਂ ਛੱਡੋ ਵੀ ਉਹ ਸਾਡਿਆਂ ਨੂੰ ਤਾਂ ਬਣਾ ਨਹੀਂ ਸਕਦੀ ਜਿਵੇਂ ਆਪਾਂ ਚਾਹੁੰਦੇ ਹਾਂ, ਹੈ ਨਾ। ਪਰ ਆਹ ਗੱਲ 'ਤੇ ਜਿਹੜਾ ਹੈਗਾ ਤਸ਼ੱਦਦ ਜਿਵੇਂ ਉਹਦੇ ਦਿਖਾਇਆ ਨਾ, ਬੰਦੇ ਦਾ ਖੂਨ ਖੋਲ ਸਾਰੇ ਉਹ ਕਰਤਾ ਕਰਦਾਰ APS ਦਿਲ, ਹਾਂ ਉਹ ਅਜੀਤ ਸਿੰਘ SSP ਜਿਹੜੀ ਉਹ ਟੀਮ ਹੈ ਸਾਰੀ ਕਾਤਲਾਂ ਦੀ, ਉਹ ਬੜੇ ਅਤੇ ਇੱਥੇ ਦਲਜੀਤ ਸਿੰਘ ਦਾ ਰੋਲ ਵੀ ਬਹੁਤ ਜ਼ਬਰਦਸਤ ਹੈ। ਉਹਨਾਂ ਨੇ ਕੋਈ ਕਸਰ ਛੱਡੀ ਨਹੀਂ ਵੀ ਬਹੁਤ ਵੱਡਾ ਰਿਸਕ ਮੇਰੇ ਮੁਤਾਬਕ ਲਿਆ। ਇੰਡੀਆ 'ਚ ਤਾਂ ਰਿਲੀਜ਼ ਨਹੀਂ ਹੋ ਸਕਦੀ ਜੋ ਕਿਸੇ ਵੀ ਸੂਰਤ, ਪਰ ਬਾਹਰ ਔਫਿਸ ਨੈੱਟਫਲਿਕਸ 'ਤੇ ਵੀ ਸ਼ਾਇਦ ਨਾ ਹੋਣ ਦੇਣ, ਪਰ ਹੁਣ ਬਣੀ ਤਾਂ ਹੈ ਫਿਲਮ ਤਾਂ ਚੱਲ ਜਾ, ਮਤਲਬ ਸਰਕੁਲ ਲੋਕਾਂ ਕੋਲ ਪਹੁੰਚ ਜਾਣੀ ਹੈ ਜਿੱਥੇ ਪਹੁੰਚਣਾ। ਹੁਣ ਤਾਂ ਉਹ ਕੱਟ ਦਾ ਕੋਈ ਮੀਨਿੰਗ ਨਹੀਂ ਜਦੋਂ ਬਾਹਰ ਰਿਲੀਜ਼ ਕਰਨੀ ਹੈ। ਉਹ ਤਾਂ ਇਹ ਸੀ ਨਾ ਵੀ ਜੇ ਉੱਥੇ ਰਿਲੀਜ਼ ਕਰਨੀ ਹੈ ਉਹ ਕੱਟ ਲਾਏ ਸੀ ਉਹਨਾਂ ਨੇ, ਜਦੋਂ ਬਾਹਰ ਰਿਲੀਜ਼ ਕਰਨੀ ਉਹ ਕੱਟ ਨਹੀਂ ਕੋਈ। ਹਾਂਜੀ, ਅਤੇ ਉਹ ਬਹੁਤ ਉਹਨਾਂ ਨੇ ਨਾ ਕੋਈ ਉਹਦੇ 'ਚ ਵੀ ਮਤਲਬ ਕਮਾਲ ਕੀਤੀ ਹੈ, ਜਿੰਨਾ ਕੁਛ ਸਿਰੇ ਦਾ ਦਿਖਾ ਸਕਦਾ ਨਾ। ਮੈਂ ਬੰਦੇ ਤੋਂ 10 ਮਿੰਟ ਗੱਲ ਨਹੀਂ ਹੁੰਦੀ ਉਹ ਫਿਲਮ 'ਤੇ, ਇੰਨਾ ਝੰਜੋੜਿਆ ਜਾਂਦਾ ਜਦੋਂ ਉਹਨੂੰ ਮਤਲਬ ਸ਼ਹੀਦ ਕਰ ਦਿੰਦੇ, ਜਦੋਂ ਫਿਰ ਉਹ ਉੱਥੇ ਸੁੱਟਦੇ ਨੇ ਹਰੀ ਕੇ ਪੱਤਨ, ਉਹ ਸਲੋ ਮੋਸ਼ਨ 'ਚ ਉਹਦਾ ਪੇਟ ਪਾੜਦੇ ਫਿਰ ਤਾਂ ਤੋਂ ਸੁੱਟਦੇ, ਉਹ ਸਾਰਾ ਸਲੋ ਮੋਸ਼ਨ ਦਿਖਾਇਆ। ਜੇ ਇਹ ਫਿਲਮ ਐਸੇ ਰੂਪ 'ਚ ਰਿਲੀਜ਼ ਹੋ ਗਈ ਤਾਂ ਇਹਦੇ ਨਾਲ ਬਹੁਤ ਫਰਕ। ਅਤੇ ਇਹ ਸਨ ਸਰਦਾਰ ਅਜਮੇਰ ਸਿੰਘ ਜੀ। ਅਲਬਰਟਾ ਵੀਕਲੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਅਲਬਰਟਾ ਵੀਕਲੀ ਸਪੋਂਸਰਡ ਬਾਈ ਲੈਕਸਸ ਸਾਊਥ ਪੁਆਇੰਟ ਐਂਡ ਵਾਈਲਡ ਰੋਜ਼ ਗਾਰਮੈਂਟਸ ਐਂਡ ਸਿਲਕ ਸਕਰੀਨਿੰਗ ਐਡਮੰਟਨ।